द वे फॉरवर्ड इज थोड़ा बहुत बहुत स्वागत है। मैं थोड़ा होस्ट हरजोत सिंह। ਜਿਵੇਂ ਕਿ ਅਸੀਂ ਤੁਹਾਨੂੰ ਪਹਿਲੇ ਦੱਸਿਆ, ਇਹ ਜਨਰਲ ਇਲੈਕਸ਼ਨ ਦਾ ਈਅਰ ਹੈ ਔਰ ਅਸੀਂ ਇਸ ਸਾਲ ਵਿੱਚ ਆਪਣੀ ਕਮਿਊਨਿਟੀ ਦੇ ਜਿੰਨੇ ਵੀ ਕੈਂਡੀਡੇਟਸ ਕਿਸੇ ਵੀ ਪੋਲੀਟੀਕਲ ਪੋਜੀਸ਼ਨ ਵਾਸਤੇ ਰਨ ਕਰਦੇ ਪਏ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਤੁਹਾਡੇ ਨਾਲ ਰੂਬਰੂ ਕਰਾਂਗੇ। ਅੱਜ ਜਿਨ ਕੈਂਡੀਡੇਟ ਨਾਲ ਅਸੀਂ ਗੱਲ ਕਰਾਂਗੇ ਉਹ ਹਨ ਸ਼੍ਰੀ ਮਨੀ ਗਰੇਵਾਲ, ਜੋ ਕਿ ਕੈਲੀਫੋਰਨੀਆ ਦੀ ਸੈਨੇਟ ਡਿਸਟ੍ਰਿਕਟ 5 ਲਈ ਲੜ ਰਹੇ ਨੇ। ਮਨੀ ਗਰੇਵਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਤੁਸੀਂ ਅੱਜ ਆਪਣੇ ਮੰਚ ਤੇ ਆ ਕੇ ਤੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਇਆ। ਆਈ ਅਪਰੀਸ਼ੀਏਟ ਦੀ ਓਪਰਚੁਨਿਟੀ ਤੇ ਥੈਂਕ ਯੂ ਸੋ ਮਚ ਫਾਰ ਯੂ ਦ ਟਾਈਮ ਐਂਡ opportunity to tell the issues and what's going on with the campaign. Bahut bahut shukriya ji. Thank you so much for taking out the time. Mani Grewal ji, isle ek badi busy aur badi hardly contested campaign vich shamil han, oh apna samay kad ke aaye han, assi is cheez nu appreciate karde han, unhan nu thanks karde han. Mani ji, sab to pehle sanu apni background de bare vich thode dasso. Were you born in Modesto? Hanji Harjot ji, born and raised in Modesto. Mere parents the, my father came here at in the year 1972 te oh Modesto hi settle hoye ji, te phir unhone apni family shuruaat vi itthe kiti, married, went back to India, got married, my mother came here, and we've been residing in Modesto for the last 48 years. ਜੀ 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 ਮਨੀ ਗਰੇਵਾਲ ਜੀ ਕਮਸ ਫਰੋਮ ਅ ਵੈਰੀ ਪ੍ਰੋਮਿਨੈਂਟ ਬਿਜ਼ਨਸ ਫੈਮਿਲੀ ਇਨ ਇਨ ਮੋਡੈਸਟੋ, ਬਟ ਮਨੀ ਗਰੇਵਾਲ ਜੀ ਸਾਨੂੰ ਇਹ ਦੱਸੋ ਕਿ ਪੋਲਿਟਿਕਸ ਦੇ ਪਾਸੇ ਤੁਹਾਡਾ ਰੁਖ ਕਿਵੇਂ ਹੋਇਆ? ਸੋ ਆਪਣੇ ਇੱਥੇ ਰਹਿਣ ਕਰਕੇ ਆਬਵੀਅਸਲੀ ਮਤਲਬ ਇੱਥੇ ਦੇ ਲੋਕਲ ਸਕੂਲ ਦੇ ਵਿੱਚ ਜਾ ਕੇ, ਮੈਂ ਤੇ ਮੇਰਾ ਛੋਟਾ ਬ੍ਰਦਰ, ਅਸੀਂ ਦੋਨੇ ਇੱਥੇ ਲੋਕਲ ਸਕੂਲ ਦੇ ਵਿੱਚ ਗਏ, ਦੈਨ ਵੈਂਟ ਟੂ ਯੂਨੀਵਰਸਿਟੀਜ਼, ਤੇ ਵਾਪਸ ਵੀ ਇੱਥੇ ਹੀ ਆਏ ਕਿ ਦਿਸ ਇਜ਼ ਅ ਗੁੱਡ ਪਲੇਸ ਕਿ ਆਪਣੀ ਫੈਮਿਲੀ ਨੂੰ ਰੇਜ਼ ਕਰੀਏ ਜੀ। ਮੋਡੈਸਟੋ ਇਜ਼ ਅ ਐਗਰੀਕਲਚਰ ਕਮਿਊਨਿਟੀ, ਸੋ ਕਾਫੀ ਏਰੀਆ ਜਿਹੜੀਆਂ ਕੈਰੇਕਟਰਿਸਟਿਕਸ ਆ ਆਪਣੇ ਪੰਜਾਬ ਵਰਗੀਆਂ ਹੀ ਆ, ਤੇ ਉਹਦੇ ਕਰਕੇ ਐਂਡ ਵੀ ਕਮ ਫਰੋਮ ਅ ਐਗਰੀਕਲਚਰਲ ਫੈਮਿਲੀ ਐਜ਼ ਵੈਲ, ਕਿ ਇੱਥੇ ਸਾਡੇ ਜਿਹੜਾ ਬਿਜ਼ਨਸ ਆ ਐਗਰੀਕਲਚਰ ਦੇ ਵਿੱਚ ਵੀ ਆ ਜੀ, ਤੇ ਉਹਦੇ ਕਰਕੇ ਇੱਥੇ ਹੀ ਅਸੀਂ ਦੁਬਾਰਾ ਸਕੂਲਿੰਗ ਤੋਂ ਬਾਅਦ ਇੱਥੇ ਹੀ ਆਪਣੀਆਂ ਫੈਮਿਲੀਆਂ ਸ਼ੁਰੂਆਤ ਕੀਤੀਆਂ। ਮਾਈ ਵਾਈਫ ਇਜ਼ ਅ ਡੈਂਟਿਸਟ ਇਨ ਦੀ ਏਰੀਆ ਐਂਡ ਵੀ ਹੈਵ 4 ਚਿਲਡਰਨ, ਸਾਡੇ 2 ਬੇਟੇ 2 ਬੇਟੀਆਂ ਜੀ। ਤੇ ਜਿਹੜਾ ਪੋਲਿਟਿਕਸ ਦੇ ਵਿੱਚ ਜਦੋਂ ਹਰਜੋਤ ਜੀ ਇਹ ਪਤਾ ਲੱਗ ਜਾਂਦਾ ਵੀ ਹੁਣ ਤੁਸੀਂ ਇੱਥੇ ਹੀ ਰਹਿਣਾ ਜੀ, ਫਿਰ ਤੁਹਾਨੂੰ ਹੌਲੀ ਹੌਲੀ ਇਹ ਵੀ ਹੁੰਦਾ ਵੀ ਇਹ ਸਿਟੀ ਕਿੱਦਾਂ ਗਰੋ ਹੋ ਰਹੀ ਹੈ, ਕੀ ਕੀ ਇਹਦੀਆਂ ਮੁਸ਼ਕਲਾਂ, ਕੀ ਕੀ ਚੀਜ਼ਾਂ ਇਹਦੇ ਵਿੱਚ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਹਦੇ ਕਰਕੇ ਮੇਰੀ ਕਾਫੀ ਇਨਵੋਲਵਮੈਂਟ ਹੋਈ, ਕਿਉਂਕਿ ਇਹ ਕਮਿਊਨਿਟੀ ਨੇ ਸਾਡੀ ਫੈਮਿਲੀ ਨੂੰ ਕਾਫੀ ਦਿੱਤਾ। ਕਮਿੰਗ ਫਰੋਮ ਅ ਫੈਮਿਲੀ ਆਫ ਇਮੀਗ੍ਰੈਂਟਸ, ਇੱਥੇ ਸੈਟਲ ਹੋ ਕੇ we essentially are living the American dream, right? Through hard work, through education, through perseverance, we were able to obtain the American dream. So fir jehdi community ne tuhanu ehna ditta, you feel ke tusi vi ohde layi je kuch kar sako, that makes you feel good. So fir 2012 de vich planning commission de vich opening si, ke us time jehde mayor sige, I talked to him, te unhone keha bhai, you know, planning commission is a good start to kind of know what's going on in the community, ke kidda shehar vadh reha hai, kehdi kehdi cheezan de vich ho rahi hai. So ode karke main 2012 de vich planning commission te gaya, te 3 saal main planning commission te reha, te oh to baad kafi business groups te aur jehde locals sige, kyunki inni der itthe rehn karke American community de vich vi kafi waqfiyat sigi, te apni Punjabi bhaichare, Indian bhaichare naal dassi hoyi. ਤੇ 2015 ਦੇ ਵਿੱਚ ਫਿਰ ਮੈਂ ਸਿਟੀ ਕਾਉਂਸਲ ਲਈ ਰਨ ਕੀਤਾ ਜੀ। ਉਦੋਂ ਵੀ ਇਸੇ ਤਰ੍ਹਾਂ ਸੀਗੀ ਰੇਸ, ਇਟ ਵਾਸ ਇਨਕਮਬੈਂਟ ਕੋਈ ਜਣਾ ਜਿਹੜਾ ਆਲਰੇਡੀ ਸੀਟ ਦੇ ਵਿੱਚ ਸੀਗਾ, ਵੀ ਟੁੱਕ ਹਿਮ ਯੂ ਨੋ ਔਨ ਐਸ ਆਰ ਓਪੋਨੈਂਟ, ਤੇ ਐਨੀ ਪਰਮਾਤਮਾ ਦੀ ਕਿਰਪਾ ਰਹੀ, ਵੀ ਐਂਡਡ ਅਪ ਵਿਨਿੰਗ ਦੈਟ ਸੀਟ ਵਿਦ 70% ਆਫ ਦ ਵੋਟ ਜੀ ਜੀ ਜੀ। ਸੋ ਉਦੋਂ ਦਾ ਫਿਰ ਪਿਛਲੇ 5 ਸਾਲਾਂ ਦਾ ਮੈਂ ਮੋਡੈਸਟੋ ਸਿਟੀ ਕਾਉਂਸਲ ਵਾਈਸ ਮੇਅਰ ਰਹਿ ਚੁੱਕੇ ਜੀ, ਤੇ ਫਿਰ ਇਹ ਕੈਂਪੇਨ ਸ਼ੁਰੂ ਕੀਤੀ ਕਿ ਯੂ ਨੋ ਸਟੇਟ ਲੈਵਲ ਦੇ ਉੱਤੇ ਵੀ ਜੇ ਆਪਣੇ ਭਾਈਚਾਰੇ ਵਾਸਤੇ ਤੇ ਆਪਣੀ ਕਮਿਊਨਿਟੀ, ਨਾਟ ਓਨਲੀ ਔਰ ਐਥਨਿਕ ਕਮਿਊਨਿਟੀ ਬਟ ਦੀ ਓਵਰਆਲ ਕਮਿਊਨਿਟੀ ਇਨ ਡਿਸਟ੍ਰਿਕਟ 5, ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਇਨ ਰਿਗਾਰਡਸ ਟੂ ਪਬਲਿਕ ਸੇਫਟੀ, ਐਗਰੀਕਲਚਰ, ਟ੍ਰੈਫਿਕ ਕੰਜੈਸ਼ਨ, ਯੂ ਨੋ ਕੁਆਲਿਟੀ ਆਫ ਲਾਈਫ ਇਸ਼ੂਜ਼, ਦੋਸ ਆਲ ਬਿਕੇਮ ਬਿਗ ਇਸ਼ੂਜ਼ ਫਾਰ ਮੀ, ਐਂਡ ਫਿਰ ਇਹ ਕੈਂਪੇਨ ਸ਼ੁਰੂ ਕੀਤੀ ਹੈ। ਇਹ ਤਕਰੀਬਨ ਸਾਨੂੰ 3 ਸਾਲ ਹੋ ਗਏ ਇਹ ਕੈਂਪੇਨ, ਹੌਲੀ ਹੌਲੀ ਪਹਿਲਾਂ ਰਿਲੇਸ਼ਨਸ਼ਿਪਸ ਬਣਾਏ, ਇੰਡੋਰਸਮੈਂਟਸ, ਫੰਡ ਰੇਜ਼ਿੰਗ,
ਤੇ ਹੁਣ ਮਤਲਬ 3 ਹਫ਼ਤੇ ਰਹਿ ਗਏ ਕਿ ਹੁਣ ਜਿਹੜਾ ਸਾਰਾ ਕਮਿਊਨਿਟੀ ਨੇ ਰਲ ਕੇ ਜ਼ੋਰ ਲਾਇਆ ਵੀ ਉਹਦਾ ਰਿਜ਼ਲਟ ਵੀ ਆਪਾਂ ਨੂੰ ਜਿਹੜੀ ਇਹ ਕਮਿਊਨਿਟੀ ਆ ਦੇ ਇਲੈਕਟ ਅਸ ਟੂ ਬੀ ਦੇ ਰੈਪਰਜ਼ੈਂਟੇਟਿਵ। ਜੀ 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 ਅਸੀਂ ਤੁਹਾਡੀ ਪੋਪੂਲੈਰਿਟੀ ਦੇਖ ਕੇ ਬੜੀ ਬੜੀ ਖੁਸ਼ੀ ਹੁੰਦੀ ਹੈ, ਬਿਕੋਜ਼ ਵੀ ਅੰਡਰਸਟੈਂਡ ਕਿ ਤੁਹਾਡੀ ਇੰਡੋਰਸਮੈਂਟਸ ਵੇਖ ਕੇ ਦੇ ਹੈਵ ਕਮ ਫਰੋਮ ਆਲ ਵਾਕਸ ਆਫ ਲਾਈਫ, ਲਾਈਕ ਲਾਅ ਇਨਫੋਰਸਮੈਂਟ, ਬਿਜ਼ਨਸ ਕਮਿਊਨਿਟੀ, ਐਵਰੀਵਨ ਹੈਜ਼ ਇੰਡੋਰਸਡ ਯੂ, ਇਜ਼ ਇਟ ਰਾਈਟ? ਹਰਜੋ ਜੀ, ਆਈ ਐਮ ਹੰਬਲਡ ਬਾਈ ਦੈਟ ਕਿ ਜਿਹੜੀ ਇੰਡੋਰਸਮੈਂਟ ਦੀ ਸਭ ਤੋਂ ਵੱਡੀ ਗੱਲ ਹੁੰਦੀ ਹੈ, ਇੰਡੋਰਸਮੈਂਟ ਜਦੋਂ ਕੋਈ ਵੀ ਕਿਸੇ ਨੂੰ ਦਿੰਦਾ ਉਹ ਇਹ ਦੇ ਰਿਹਾ ਵੀ ਦੇ ਹੈਵ ਦ ਟਰਸਟ ਦੈਟ, ਵਿਸ਼ਵਾਸ ਹੈ ਉਹਨਾਂ ਨੂੰ ਕਿ ਜਿਹਨੂੰ ਅਸੀਂ ਇੰਡੋਰਸਮੈਂਟ ਦੇ ਰਹੇ ਹਾਂ ਉਹ ਇਹ ਵਧੀਆ ਜਾਬ ਕਰੂਗਾ। ਸੋ ਹੈਵਿੰਗ ਦੀ ਇੰਡੋਰਸਮੈਂਟ, ਜਿਹੜੇ ਕਰੰਟਲੀ ਸਿਟਿੰਗ ਸੈਨੇਟਰ ਹੈ ਕੈਥਲੀਨ ਗੈਲਜੀਆਨੀ, ਸਭ ਤੋਂ ਵੱਡੀ ਇੰਡੋਰਸਮੈਂਟ ਤਾਂ ਉਹਨਾਂ ਦੀ ਕਹਿ ਸਕਦੇ ਹਾਂ ਕਿਉਂਕਿ ਉਹ 12 ਸਾਲ ਦੇ ਇਹ ਡਿਸਟ੍ਰਿਕਟ ਨੂੰ ਰੈਪ੍ਰੈਜੈਂਟ ਕਰ ਰਹੇ ਹੈ ਐਜ਼ ਅ ਸੈਨੇਟਰ। ਸੋ ਜਦੋਂ ਇਹ ਆਪਾਂ ਨੂੰ ਇੰਡੋਰਸ ਕਰਦੇ ਹੈ, that sends a message ke oh feel karde hain ke best representation to fill her place be apan us seva de lek samjhde hain, so that was a big endorsement. Baki jehde assembly members although one of the people I'm running with is an assembly member, jehde unna de colleagues hain oh mainu endorse kar rahe hain, meaning even though they have worked with that person they still feel I am better representative for this district. ਫਿਰ ਤੁਸੀਂ ਗੱਲ ਕੀਤੀ ਲਾਅ ਇਨਫੋਰਸਮੈਂਟ ਦੀ, ਦੈਟਸ ਗੋਇੰ ਟੂ ਬੀ ਵਨ ਆਫ ਮਾਈ ਪ੍ਰਾਇਓਰਟੀਜ਼। ਮੈਂ ਤਾਂ ਹਮੇਸ਼ਾ ਇਹ ਸਮਝਦਾ ਵੀ ਕੋਈ ਵੀ ਇਲੈਕਟਡ ਅਫੀਸ਼ੀਅਲ ਹੈ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਜਿਹੜੇ ਉਹਦੇ ਕੰਸਟੀਚੂਐਂਟਸ ਹੈ ਦੇ ਫੀਲ ਸੇਫ ਜੀ, ਐਂਡ ਫੀਲਿੰਗ ਸੇਫ ਇਟ ਮੀਨਸ ਨਾਟ ਜਸਟ ਫੋਰ ਯੂਰ ਚਿਲਡਰਨ ਬਟ ਯੂਰਸੈਲਫ। ਆਪਾਂ ਆਪਣੇ ਘਰਾਂ ਦੇ ਵਿੱਚ ਵਾਕ ਕਰਨ ਜਾਂਦੇ ਹਾਂ ਸ਼ਾਮ ਨੂੰ, ਕਈ ਵਾਰੀ ਤੁਸੀਂ ਸੁਣਿਆ ਸਾਡੇ ਕੈਲੀਫੋਰਨੀਆ ਦੇ ਵਿੱਚ ਪਿਛਲੇ 1.5-2 ਸਾਲਾਂ ਦੇ ਵਿੱਚ ਕਾਫੀ ਹੇਟ ਕ੍ਰਾਈਮਸ ਵਗੈਰਾ ਹੋਏ ਆ, ਐਂਡ ਲਾਅ ਇਨਫੋਰਸਮੈਂਟ ਇਜ਼ ਦੇਅਰ ਟੂ ਪ੍ਰੋਟੈਕਟ ਅਸ ਐਂਡ ਵੀ ਵਾਂਟ ਟੂ ਫੀਲ ਪ੍ਰੋਟੈਕਟਡ। ਸੋ ਜਦੋਂ ਉਹਨਾਂ ਦੇ ਜਿਹੜੇ ਮੇਨ ਨੁਮਾਇੰਦੇ ਆ, ਸ਼ੈਰਫਸ, police officers associations, other law enforcement agencies, jadon endorsement de rahe hain oh bhi yahi keh rahe hain bhi sanu eh lagda bhi je assi inhan nu endorsement dinde hain te eh jitde hain eh law enforcement layi advocacy karnge, law enforcement support karnge, and that's why they're supporting us. ji 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 te mani ji saadi apni community di kinni involvement tuhanu labdi hai in political process vich? apni involvement hun shuru ho chuki hai ਜੀ। ਮੈਂ ਹਮੇਸ਼ਾ ਕਹਿੰਦਾ ਕਿ ਜਿਹੜੀ ਆਪਣੀ ਪਹਿਲੀ ਜਨਰੇਸ਼ਨ ਸੀਗੀ ਉਹਨਾਂ ਦੇ ਮਤਲਬ ਮੇਨ ਓਬਜੈਕਟਿਵਸ ਜਾਂ ਮੇਨ ਜਿਹੜੀ ਕੋਸ਼ਿਸ਼ ਸੀ ਉਹ ਇਹ ਸੀ ਕਿ ਵਧੀਆ ਉਹ ਆਪਣੇ ਪਰਿਵਾਰ ਨੂੰ ਪਾਲ ਸਕਣ, ਫਾਊਂਡੇਸ਼ਨ ਉਹ ਬਣਾ ਰਹੇ ਸੀ, ਇੱਕ ਬੇਸ ਬਣਾ ਰਹੇ ਸੀਗੇ ਕੰਮ ਕਰਕੇ, ਉਹਨਾਂ ਨੇ ਆਪਣੇ ਬਿਜ਼ਨਸ ਚਾਹੇ ਉਹਨਾਂ ਨੇ ਕੰਮ ਕਰਕੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਗਾਂ ਪੜ੍ਹਾਉਣ ਦਾ ਮਤਲਬ ਉਹਨਾਂ ਲਈ ਓਪਰਚੁਨਿਟੀਜ਼ ਜਾਂ ਰਸਤੇ ਖੋਲ੍ਹੇ ਜੀ। ਤੇ ਹੁਣ ਜਿਹੜੀ ਸਾਡੀ ਜੇ ਸੈਕੰਡ ਜਨਰੇਸ਼ਨ ਹੈ, ਜਿਵੇਂ ਮੈਂ ਕਹਿ ਸਕ ਰਿਹਾ ਵੀ ਮਤਲਬ ਸਾਡੇ ਫਾਦਰ ਸਾਹਿਬ ਉਹਨਾਂ ਨੇ, ਮਦਰ ਨੇ ਆ ਕੇ ਮਤਲਬ ਬਹੁਤ ਮੁਸ਼ਕਤ ਕੀਤੀ, ਹਾਰਡ ਵਰਕ ਕੀਤਾ, ਪੜ੍ਹਾਇਆ ਲਿਖਾਇਆ ਸਾਨੂੰ, ਹੁਣ ਸਾਡੀ ਜਿਹੜੀ ਓਪਰਚੁਨਿਟੀਜ਼ ਹੈ ਉਹ ਜ਼ਿਆਦਾ ਰਸਤੇ ਖੁੱਲ ਚੁੱਕੇ ਆ, ਉਹ ਰਸਤਿਆਂ ਦੇ ਵਿੱਚ ਹੁਣ ਆਪਣੇ ਕੋਲ ਇਹ ਟਾਈਮ ਹੈ ਵੀ ਆਪਦੇ ਆਪਾਂ ਬਿਜ਼ਨਸ ਓਨ ਕਰਨ ਲੱਗ ਗਏ, ਆਪਾਂ ਆਪ ਜਿਹੜੀਆਂ ਚੀਜ਼ਾਂ ਕਮਿਊਨਿਟੀ 'ਚ ਹੋ ਰਹੀਆਂ ਉਹਦੇ ਵਿੱਚ ਇਨਵੋਲਵ ਹੋਣ ਲੱਗ ਗਏ, ਤੇ ਹੁਣ ਪੋਲਿਟਿਕਸ ਦੇ ਵਿੱਚ ਵੀ ਇਨਵੋਲਵ ਹੋ ਗਏ। ਸਾਡੀ ਜਿਹੜੀ ਰੀਜਨ ਹੈ, ਅਸੀਂ ਕਾਫੀ ਇਸ ਗੱਲ ਲਈ ਅਫੋਰਚੁਨੇਟ ਹੈ ਕਿ ਇੱਕ ਸ਼ਹਿਰ ਦੇ ਵਿੱਚ ਲੇਥਰੋਪ ਸ਼ਹਿਰ ਹੈ, ਉੱਥੇ ਮੇਅਰ ਹੈ ਆਪਣੇ ਸਨੀ ਧਾਰੀਵਾਲ, ਇੱਕ ਸ਼ਹਿਰ ਹੈ ਮੰਟੀਕਾ ਥੋੜੀ ਦੂਰੀ ਤੇ ਮੋਡੈਸਟੋ ਤੋਂ, ਉੱਥੇ ਗੈਰੀ ਸਿੰਘ ਉਹ ਵਾਈਸ ਮੇਅਰ ਹੈ, ਟ੍ਰੇਸੀ ਆਪਣੇ ਸਾਡੀ ਭੈਣ ਸਿਮਰਨ ਕੌਰ ਉਹ ਹੈਗੇ ਆ ਆਪਣੇ ਟ੍ਰੇਸੀ ਸਕੂਲ ਬੋਰਡ ਤੇ, ਤੇ ਜਿਵੇਂ ਮੈਂ ਕਹਿ ਚੁੱਕਿਆ ਕਿ ਮੈਂ ਵੀ ਪਿਛਲੇ 5 ਸਾਲਾਂ ਤੋਂ ਇੱਥੇ ਮੋਡੈਸਟੋ ਸਿਟੀ ਕਾਉਂਸਲ ਤੇ ਸੇਵਾ ਨਿਭਾ ਰਿਹਾ। ਸੋ ਸ਼ੁਰੂਆਤ ਹੋ ਗਈ, ਹੁਣ ਜਿਹੜੀ ਆਪਣੀ ਬਾਅਦ ਜਨਰੇਸ਼ਨ ਹੈ, ਜਿਵੇਂ ਮੈਂ ਆਪਣੇ ਬੱਚਿਆਂ ਦੀ ਗੱਲ ਕਰਾਂ, ਜਿਵੇਂ ਮੇਰਾ ਬੇਟਾ ਸਭ ਤੋਂ ਵੱਡਾ 16 ਈਅਰਸ ਓਲਡ ਹੈ। ਮਨ ਜੀ, ਅਸੀਂ ਤੁਹਾਡੇ ਨਾਲ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ, ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰ ਰਹੇ ਹਾਂ ਕੈਲੀਫੋਰਨੀਆ ਸੈਨੇਟ ਡਿਸਟ੍ਰਿਕਟ 5 ਦੇ ਕੈਂਡੀਡੇਟ ਮਨੀ ਗ੍ਰੇਵਾਲ ਜੀ ਨਾਲ। ਮਨੀ ਜੀ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਦੱਸ ਰਹੇ ਸੀਗੇ ਆਪਣੀ ਕਮਿਊਨਿਟੀ ਦੇ ਮੈਂਬਰਸ ਕਾਫੀ ਹੁਣ ਇਨ ਲੋਕਲ ਯੂ ਨੋ ਇਲੈਕਟਿਡ ਪੋਜੀਸ਼ਨਸ ਵਾਸਤੇ ਲੜਦੇ ਪਏ, ਬੋਥ ਐਟ ਦ ਲੋਕਲ ਲੈਵਲ ਐਂਡ ਦ ਸਟੇਟ ਲੈਵਲ ਐਜ਼ ਯੂ ਆਰ, ਬਟ ਸਾਡੇ ਕਮਿਊਨਿਟੀ ਦੇ ਮੈਂਬਰਸ ਜਿਹੜੇ ਕਾਫੀ ਹੁਣ ਜਿਹੜੇ US ਸਿਟੀਜ਼ਨਸ ਹਨ, ਕਿਆ ਉਹ ਰਜਿਸਟਰ ਕਰਵਾਉਂਦੇ ਨੇ ਵੋਟ ਲਈ ਔਰ ਵੋਟ ਪਾਉਣ ਜਾਂਦੇ ਨੇ? ਦੇਖੋ ਜੀ, ਇਹ ਥੋੜ੍ਹੀ ਜਿਹੀ ਕਾਫੀ ਜਿਹੜੀਆਂ ਮਾਈਨੋਰਟੀਜ਼ ਕਮਿਊਨਿਟੀਜ਼ ਹੈ ਇਹ ਸਭ ਤੋਂ
ਵੱਡੀ ਇਸ਼ੂ ਇਹ ਗੱਲ ਦੀ ਚੱਲਦੀ ਹੈ ਕਿ ਜਿਹੜੇ ਮਾਈਨੋਰਟੀ ਕਮਿਊਨਿਟੀਜ਼ ਦੇ ਮੈਂਬਰਸ ਹਨ ਉਹ ਵੋਟ ਘੱਟ ਮਤਲਬ ਉਹਨਾਂ ਦੀ ਪੋਲ ਹੁੰਦੀ ਹੈ ਜੀ, ਇਹਦੇ ਵਿੱਚ ਥੋੜ੍ਹੀ ਜਿਹੀ ਵੋਟਰ ਐਪਥੀ ਦੀ ਗੱਲ ਆ ਜਾਂਦੀ ਹੈ। ਵੋਟਰ ਐਪਥੀ ਮੀਨਿੰਗ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਵੋਟ ਦਾ ਕੋਈ ਫਰਕ ਨਹੀਂ ਪੈਣਾ। ਅੱਛਾ, ਤੇ ਇਹ ਉਹਨਾਂ ਦੀ ਗਲਤ ਫਹਿਮੀ ਹੈ ਕਿਉਂਕਿ ਇੱਕ ਇੱਕ ਵੋਟ ਕਾਊਂਟ ਕਰਦੀ ਹੈ ਜੀ। ਕਾਫੀ ਇਲੈਕਸ਼ਨ ਤੁਸੀਂ ਦੇਖ ਰਹੇ ਹੋ ਕਿ ਥੋੜੀਆਂ ਵੋਟਾਂ ਦੇ ਵਿੱਚ ਹੀ ਫਰਕ ਪੈ ਜਾਂਦਾ। ਹਾਂਜੀ, ਸੋ ਇਹ ਗੱਲ ਆਪਾਂ ਮਤ ਸੋਚੀਏ। ਤੇ ਦੂਸਰੀ ਗੱਲ ਇਹ ਆ ਵੀ ਉਹ ਸੋਚਦੇ ਵੀ ਵੋਟ ਪਾਈ ਨਾ ਪਾਈ ਸਾਨੂੰ ਕੀ ਬੈਨੀਫਿਟ ਜੀ। ਤੇ ਇਹ ਗੱਲ ਦੀ ਮਤਲਬ ਸਾਡੀ ਕੈਂਪੇਨ ਨੇ ਕੋਸ਼ਿਸ਼ ਕੀਤੀ ਆ ਵੀ ਇਹ ਸਟ੍ਰੈਸ ਕਰਨ ਦੀ ਕਿ ਬਹੁਤ ਇਹਦਾ ਫਾਇਦਾ। ਫਾਇਦਾ ਕਿਉਂ ਹੈ ਹਰਜੋਤ ਜੀ? ਆਪਣੀ ਹੁਣ ਸਾਡੇ ਇਲਾਕੇ ਦੇ ਵਿੱਚ 17,000 ਇੰਡੀਅਨ ਵੋਟ ਹੈ। ਇੰਡੀਅਨ ਤੁਸੀਂ ਸਾਰੇ ਮਤਲਬ ਆਪਣੇ ਪੰਜਾਬੀ, ਫੀਜੀਅਨ, ਹਿੰਦੂ, ਪਾਕਿਸਤਾਨੀ, ਉਹ ਇੱਕੋ ਹੀ ਡੈਮੋਗ੍ਰਾਫਿਕ ਉਹ ਗਿਣਦੇ ਆ। ਇਟਸ ਦ ਈਸਟ ਇੰਡੀਅਨ ਡੈਮੋਗ੍ਰਾਫਿਕ, ਸੋ ਦੇ ਡੂ ਇਟ ਜੀਓਗ੍ਰਾਫਿਕਲੀ, ਨਾ ਕਿ ਮਤਲਬ ਰਿਲੀਜੀਅਸ ਜਾਂ ਇਕੱਲਾ ਐਥਨਿਸਿਟੀ, ਦੇ ਡੂ ਇਟ ਕਾਇੰਡ ਆਫ ਜੀਓਗ੍ਰਾਫਿਕ। ਤੇ ਹੁਣ 17,000 ਵੋਟ ਹੈ ਤੇ ਜਿਹਦੇ ਵਿੱਚੋਂ ਪੋਲ ਮਸਾਂ ਹੀ 3500 ਹੁੰਦੀ ਹੈ। ਸੋ ਪਹਿਲਾਂ ਤਾਂ ਉਹ 17,000 ਹੀ ਘੱਟ ਹੈ ਕਿਉਂਕਿ ਆਪਣੇ ਰੈਜੀਡੈਂਟ ਜ਼ਿਆਦਾ। ਜੇ ਆਪਾਂ ਰੀਅਲ ਲਾਈਏ, ਜੇ ਆਪਾਂ ਆਈਡੀਆ ਲਾਈਏ ਵੀ ਸਾਡੇ ਜਿਹੜੇ ਸ਼ਹਿਰਾਂ 'ਚ, ਕਿਉਂਕਿ ਜਿਹੜਾ ਸਾਡਾ ਡਿਸਟ੍ਰਿਕਟ ਹੈ ਇੱਥੇ ST5, ਇਹ ਸਟੋਕਟਨ ਸ਼ਹਿਰ ਹੈ ਜਿੱਥੇ ਆਪਣੇ ਗਦਰੀ ਬਾਬੇ 1900 ਦੇ ਵਿੱਚ ਆਏ ਸੀਗੇ ਅਤੇ ਇੱਥੋਂ ਸਾਰੀ ਮੂਵਮੈਂਟ ਸ਼ੁਰੂ ਹੋਈ ਸੀਗੀ। ਸੋ ਕਾਫੀ ਆਪਣੇ ਪਰਿਵਾਰ ਇੱਥੇ ਹੀ ਫਿਰ ਰਿਜ਼ਾਈਡ ਕਰਨ ਲੱਗ ਗਏ ਅਤੇ ਫਿਰ ਇੱਥੇ ਦੀ ਐਗਰੀਕਲਚਰ ਸੈਟਿੰਗ ਹੋਣ ਕਰਕੇ ਹੋਰ ਵੀ ਜਿਹੜੇ ਲੋਕ ਪੰਜਾਬ ਤੋਂ ਆ ਰਹੇ ਸੀਗੇ, ਜਿਹਨਾਂ ਦੇ ਮਤਲਬ ਰਿਸ਼ਤੇਦਾਰ ਇੱਥੇ ਰਹਿੰਦੇ ਸੀਗੇ, ਉਹ ਵੀ ਇੱਥੇ ਰਹਿਣ ਲੱਗੇ ਸੀ। ਸੋ ਜੇ ਆਪਾਂ ਰੀਅਲ ਨੰਬਰ ਲਾਈਏ, ਤਕਰੀਬਨ 35-40,000 ਆਪਣੇ ਰੈਜ਼ੀਡੈਂਟਸ ਇਹ ਏਰੀਆ ਦੇ ਵਿੱਚ ਹੈਗਾ। ਯੂ ਮੀਨ ਉਹਦੇ ਵਿੱਚ ਹੁਣ ਤੁਸੀਂ ਲਾ ਲਓ ਬਈ, ਆਮ ਸੌਰੀ, ਯੂ ਮੀਨ 35-40,000 ਐਲੀਜੀਬਲ ਸਿਟੀਜ਼ਨਸ ਹੈਗੇ, ਬਟ ਸਿਰਫ 17,000 ਹੂ ਆਰ ਰਜਿਸਟਰਡ ਟੂ ਵੋਟ, ਇਜ਼ ਦੈਟ ਵਾਟ ਯੂ ਸੇਡ? ਹਾਂਜੀ ਜੀ, ਹਾਂਜੀ, ਓਕੇ, ਹਾਂਜੀ। ਤੇ ਹੁਣ ਉਹ 17,000 ਦੇ ਵਿੱਚੋਂ ਪਹਿਲਾਂ ਤਾਂ ਉਹ 35 ਦੇ ਵਿੱਚ ਉਹ 50% ਤਾਂ ਰਜਿਸਟਰ ਹੀ ਨਹੀਂ, ਹੁਣ ਰਹਿ ਗਏ 17,000। ਉਹ 17,000 ਦੇ ਵਿੱਚ ਸਿਰਫ ਜੇ ਪੋਲਿੰਗ ਦੇਖੀ, ਜਿਹੜੇ ਹਾਈ ਪ੍ਰੋਪੈਂਸਿਟੀ ਵੋਟਰਸ ਆ, ਹਾਈ ਪ੍ਰੋਪੈਂਸਿਟੀ ਵੋਟਰ ਦਾ ਮਤਲਬ ਹੈ ਕਿ ਉਹ ਹਰੇਕ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਆ ਜੀ, ਮਤਲਬ ਵੱਡੀ ਮਾਤਰਾ ਦੇ ਵਿੱਚ ਪਰਸੈਂਟੇਜ ਦੇ ਵਿੱਚ ਉਹ ਵੋਟ ਕਰਦੇ ਆ, 4 out of 5, 5 out of 5 ਜੀ, ਉਹ ਸਿਰਫ ਹੈਗੇ 3500। ਅੱਛਾ ਜੀ, ਸੋ ਹੁਣ ਤੁਸੀਂ ਲਾਓ ਬਈ 17,000 ਚ ਜੇ 3500 ਲਾਈਏ ਤੇ ਤਕਰੀਬਨ 20% ਬਣੇ। ਸੋ 80% ਇਸ ਤਰ੍ਹਾਂ ਕਿ ਜਿਹੜੀ ਵੋਟ ਹੈ ਇਟ ਕਮਸ ਫਰਮ ਦ ਮੇਲ ਬਾਕਸ ਐਂਡ ਗੋਜ਼ ਇਨਟੂ ਦ ਗਾਰਬੇਜ ਜੀ। ਤੇ ਹੁਣ ਤੁਸੀਂ ਦੇਖੋ ਜਿਹੜੀਆਂ ਬਾਹਰਲੀਆਂ ਕਮਿਊਨਿਟੀਜ਼ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਜਦੋਂ ਡੇਟਾ, ਕਿਉਂਕਿ ਦੀਸ ਇਲੈਕਸ਼ਨਸ ਆਰ ਡੇਟਾ ਡ੍ਰਾਈਵਨ ਜੀ, ਬਿਕਾਜ਼ ਦੇ ਹੈਵ ਟੂ ਸੀ ਕਿ ਕਿਹੜੇ ਬੰਦੇ ਹੈਬਿਚੁਅਲ ਵੋਟਰ ਹੈ, ਉਹਨਾਂ ਨੂੰ ਜ਼ਿਆਦਾ ਉਹ ਮਤਲਬ ਪ੍ਰੈਫਰੈਂਸ ਦਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਵੋਟ ਕਰਨਾ ਜੀ ਜੀ ਜੀ, ਰਾਈਟ ਜੀ। ਜਿਹੜੀ ਮੇਲਿੰਗ ਵੀ ਜਾਂਦੀ ਹੈ ਉਹ ਘਰਾਂ 'ਚ ਜ਼ਿਆਦਾ ਜਾਂਦੀ ਹੈ ਜਿੱਥੇ ਉਹਨਾਂ ਨੂੰ ਪਤਾ ਵੀ ਇੱਥੇ ਜਿਹੜੇ ਵੋਟਰ ਹੈ 4 ਬੰਦੇ ਜਾਂ 5 ਮੈਂਬਰ ਘਰ ਦੇ ਇੱਥੇ ਰਹਿ ਰਹੇ ਹੈ ਤੇ ਉਹਨਾਂ ਨੂੰ ਮਤਲਬ ਅਪੀਲ ਕੀਤੀ ਜਾਵੇ। ਜਿੱਥੇ ਵੋਟ ਪੈਂਦੀ ਹੀ ਨਹੀਂ ਉੱਥੇ ਉਹ ਆਪਣਾ ਪੈਸਾ ਹੀ ਨਹੀਂ ਖਰਚਦੇ, ਉਹ ਕਹਿੰਦੇ ਇਹਨਾਂ ਨੇ ਕਿਹੜਾ ਵੋਟ ਪਾਣੀ ਹੈ ਜੀ ਜੀ ਜੀ। ਸੋ ਹੁਣ ਜ਼ਰੂਰੀ ਹੈ ਕਿ ਜੇ ਆਪਾਂ ਉਹ ਹੁਣ ਨੰਬਰ ਨੂੰ 3500 ਤੋਂ ਲੈ ਕੇ ਅਪਸਾਈਡ ਡਾਊਨ ਦੂਜੇ ਪਾਸੇ ਕਰ ਦਈਏ ਕਿ 80% ਆਪਣੀ ਪਵੇ ਤੇ 20% ਨਾ ਪਵੇ, ਦੈਨ ਨੰਬਰ ਬਿਕਮਸ 13-14,000 ਜੀ ਜੀ ਜੀ। ਜਦੋਂ ਤੁਹਾਡੀ ਐਨੀ ਹੋਲਡ ਇਲੈਕਸ਼ਨ ਕਿਸੇ ਵੀ ਡਿਸਟ੍ਰਿਕਟ, ਕਿਉਂਕਿ ਜਿਹੜਾ ਸਟੇਟ ਸੈਨੇਟ ਡਿਸਟ੍ਰਿਕਟ ਹੈ ਇਹ ਤਕਰੀਬਨ 1 ਮਿਲੀਅਨ ਪਰਸਨ ਦੀ ਕੰਸਟੀਚੁਐਂਸੀ ਹੈ ਜੀ। ਸੋ ਥੋੜਾ ਜਿਹਾ ਮੈਨੂੰ ਪਤਾ ਸੀਗਾ ਵੀ ਆਪਾਂ ਥੋੜੇ, ਤੁਸੀਂ ਮੈਨੂੰ ਕਹਿ ਰਹੇ ਸੀਗੇ ਕਿ ਇਹ ਸੀਟ ਬਾਰੇ ਦੱਸੀਏ, ਸੋ ਆਈ ਥਿੰਕ ਇਹ ਵਧੀਆ ਸੈਗ ਗਿਵਅਵੇ ਹੈ ਜੇ ਤੁਸੀਂ ਮਾਈਂਡ ਨਾ ਕਰਦੇ, ਮੈਂ ਥੋੜੀ ਆ ਸੀਟ ਦੀ ਵੀ ਕੀ ਸੀਟ ਹੈ ਉਹਦੇ ਬਾਰੇ ਵੀ ਦੱਸਦਾ ਜ਼ਰੂਰ। ਸੋ ਕੈਲੀਫੋਰਨੀਆ ਸਟੇਟ, ਮੈਂ ਮਨੀ ਜੀ ਮੈਂ ਸਿਰਫ ਇੱਕ ਚੀਜ਼ ਇੱਕ ਕਮੈਂਟ ਕਰਨਾ ਚਾਹਾਂਗਾ ਉਸ ਤੋਂ ਪਹਿਲਾਂ ਕਿ ਇਹ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਇਹ ਬੜਾ ਇੰਪੋਰਟੈਂਟ ਹੈ ਸਾਡੇ ਵਿਊਅਰਸ ਨੂੰ ਇਹ ਸਮਝਣਾ ਕਿ ਜਿਹੜੀ ਯੂ ਨੋ ਨੈਸ਼ਨਲ ਪੋਲੀਟਿਕਸ ਹੈ ਪ੍ਰੈਜ਼ੀਡੈਂਸ਼ੀਅਲ, ਉਸਦੇ 'ਚ ਤਾਂ ਸ਼ਾਇਦ ਬੜੇ ਐਕਸਾਈਟ ਹੋ ਕੇ ਵੋਟ ਪਾਉਂਦੇ ਨੇ, ਬਟ ਉਹਨਾਂ ਤੋਂ ਵੀ ਇੰਪੋਰਟੈਂਟ ਜਿਹੜੀ ਲੋਕਲ ਜਿਹੜੀ ਤੁਹਾਡੀ ਇਲੈਕਸ਼ਨ ਹੈ, ਕਿਉਂਕਿ ਐਜ਼ ਯੂ ਸੈਡ ਦੈਨ ਯੂ ਬਿਕਮ ਅ ਵੋਟਿੰਗ ਬਲੋਕ, ਔਰ ਜਿਹੜੀ ਤੁਹਾਡੀ ਲੋਕਲ ਨੀਡਸ ਐਂਡ ਕਮਿਊਨਿਟੀ ਦੀ ਨੀਡਸ ਉਸ ਨੂੰ ਫਿਰ ਐਡਰੈਸ ਕੀਤਾ ਜਾਂਦਾ ਹੈ ਬਿਕੋਜ਼ ਦੇ ਕੇਅਰ ਕਿ ਹਾਂ ਬਈ ਇਹ ਬੰਦੇ ਨੇ, ਇਹਨਾਂ ਦੇ ਜਿਹੜੇ ਇਸ਼ੂਜ਼ ਹਨ ਉਹਨਾਂ ਨੂੰ ਐਡਰੈਸ ਕੀਤਾ ਜਾਏ। ਇਜ਼ ਦੈਟ ਰਾਈਟ? ਬਿਲਕੁਲ ਹਰਜੋਤ ਜੀ, ਬਿਲਕੁਲ। ਕੋਈ ਵੀ ਜਦੋਂ ਤੁਹਾਡਾ ਇੰਨਾ ਵੋਟਿੰਗ ਬਲਾਕ ਹੋ ਜਾਂਦਾ, ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਨੈਕਸਟ ਟਾਈਮ ਇਲੈਕਸ਼ਨ ਦੇ ਵਿੱਚ ਮੈਨੂੰ ਇਹਨਾਂ ਦੀ ਸਪੋਰਟ ਹੈ, ਇਹਨਾਂ ਨੂੰ ਪ੍ਰੋਬਲਮਸ ਕਾਹਦੀਆਂ। ਆਪਣੇ ਪਰਿਵਾਰ ਮੋਸਟਲੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੈ, ਸਾਡੇ ਇਲਾਕੇ ਦੇ ਵਿੱਚ ਜੀ ਸਮਾਲ ਬਿਜ਼ਨਸ ਓਨਰ ਹੈ ਜੀ,
ਮੈਡੀਕਲ ਫੀਲਡ ਦੇ ਵਿੱਚ ਜੀ। ਸੋ ਜਿਹੜੇ ਲਾਸ ਪਾਸ ਹੋ ਰਹੇ ਆ, ਚਾਹੇ ਆਪਾਂ ਮੰਨੀਏ ਚਾਹੇ ਨਹੀਂ ਮੰਨੀਏ, ਉਹ ਆਪਾਂ ਨੂੰ ਇਫੈਕਟ ਕਰ ਰਿਹਾ। ਹੁਣ ਇੱਥੇ ਇੱਕ ਲਾ ਪਾਸ ਹੋਇਆ AB5 ਜੀ, ਉਹਦੇ ਵਿੱਚ AB5 ਦੇ ਵਿੱਚ ਇਹ ਲਾ ਪਾਸ ਹੋਇਆ ਵੀ ਕੋਈ ਕੰਪਨੀ ਸੈਲਫ ਕੰਟਰੈਕਟਰ ਨੂੰ ਯੂਜ਼ ਨਹੀਂ ਕਰ ਸਕਦੀ ਜੇ ਉਹ ਸੈਲਫ ਕੰਟਰੈਕਟਰ ਸੇਮ ਕੰਮ ਕਰ ਰਿਹਾ ਜਿਹੜਾ ਕੰਪਨੀ ਦਾ। ਮਤਲਬ ਟਰੱਕਿੰਗ ਕੰਪਨੀ ਮੋਸਟਲੀ ਉਹ ਇੱਕ ਓਨਰ ਹੁੰਦਾ ਤੇ ਉਹਨਾਂ ਨੇ ਇੰਡੀਪੈਂਡੈਂਟ ਕੰਟਰੈਕਟਰ ਸਬ ਹਾਲਰਸ ਹਾਇਰ ਕੀਤੇ ਹੁੰਦੇ ਆ, ਜਿਹੜੇ ਆਪਣਾ ਟਰੱਕ ਓਨਰ ਆਪਰੇਟਰ ਹੁੰਦੇ ਆ, ਉਹ ਕੰਪਨੀ ਨਾਲ ਉਹ ਆਪਣਾ ਟਰੱਕ ਲਾ ਲੈਂਦੇ ਆ ਤਾਂ ਕਿ ਉਹ ਲੋਡਸ ਉਹਨਾਂ ਨਾਲ ਸ਼ੇਅਰ ਕਰ ਸਕਣ ਜੀ। ਟਰੱਕ ਉਹਨਾਂ ਦਾ ਆਪਦਾ, ਮਤਲਬ ਉਹਨਾਂ ਨੇ ਆਪਦਾ ਆਪਣਾ ਸਾਰਾ ਖਰਚਾ ਕਰਨਾ, ਸਿਰਫ ਲੋਡਸ ਉਹ ਕੰਪਨੀ ਤੋਂ ਲੈਣੇ ਆ, ਬ੍ਰੋਕਰ ਉਹ ਕੰਪਨੀ ਕਰ ਰਹੀ ਹੈ ਲੋਡਸ ਜੀ। ਹੁਣ ਜੀ ਜਦੋਂ ਆਹ ਲਾ ਪਾਸ ਹੋਇਆ, ਹੁਣ ਕਾਫੀ ਅਮੈਂਡਮੈਂਟਸ ਜਿਹੜੀਆਂ ਕੰਪਨੀ ਜਿਵੇਂ ਊਬਰ, ਲਿਫਟ, ਡੋਰ ਡੈਸ਼ ਇਹ ਸਾਰੇ ਕਾਫੀ ਪੈਸਾ ਲਾ ਰਹੇ ਆ ਵੀ ਇਹ ਲਾ ਨੂੰ ਰਿਪੀਲ ਕੀਤਾ ਜਾਵੇ, ਪਰ ਜਦੋਂ ਇੱਕ ਵਾਰੀ ਲਾਗੂ ਹੋ ਗਿਆ ਜੀ, ਟਰੱਕਿੰਗ ਇੰਡਸਟਰੀ ਇਜ਼ ਗੋਇੰਗ ਟੂ ਬੀ ਚੇਂਜਡ, ਮਤਲਬ ਫੋਰ ਐਵਰ। ਮਤਲਬ ਫਿਰ ਤਾਂ ਸਾਰੀਆਂ ਕੰਪਨੀਆਂ ਨੂੰ ਇੰਪਲੋਈ ਵਾਂਗ ਹਾਇਰ ਕਰਨਾ ਤੇ ਆਪਣੇ ਬੰਦੇ ਟਰੱਕਿੰਗ ਦੇ ਵਿੱਚ ਪੈਂਦੇ ਹੀ ਜਾਏ, ਕਿਉਂਕਿ ਜ਼ਿਆਦਾ, ਕਿਉਂਕਿ ਦੇਰ ਇਜ਼ ਅ ਲੈਕ, ਮਤਲਬ ਸਰਟਨ ਅਮਾਊਂਟ ਆਫ ਇੰਡੀਪੈਂਡੈਂਸ ਕਿ ਤੁਸੀਂ ਆਪਣੇ ਜਿੰਨਾ ਲੋਡ ਲੈਣਾ, ਜਿੰਨਾ ਕੰਮ ਕਰਨਾ, ਜੇ ਤੁਸੀਂ ਲੌਂਗ ਰਾਊਟ ਚਲਾਉਣਾ ਜੇ ਸ਼ੋਰਟ ਰਾਊਟ, ਦ ਇੰਡੀਪੈਂਡੈਂਸ ਇਜ਼ ਵਟ ਗ੍ਰੈਵੀਟੇਟਸ ਆਪਣੇ ਪੰਜਾਬੀ ਭਾਈਚਾਰਾ ਜਾਂ ਇੰਗਲਿਸ਼ ਭਾਈਚਾਰਾ ਥਰੂ ਟਰੱਕਿੰਗ। ਪਰ ਹੁਣ ਉਹ ਲਾਅ ਪਾਸ ਹੋ ਗਿਆ ਤੇ ਉਹਨਾਂ ਨੇ ਆਪਣੀ ਪੁੱਛ ਵੀ ਨਹੀਂ ਕੀਤੀ, ਨਾਲੇ ਤਕਰੀਬਨ 40% ਜਿਹੜੇ ਟਰੱਕਿੰਗ ਕੰਪਨੀਜ਼ ਆ ਆਪਣੇ ਪੰਜਾਬੀਆਂ ਦੀ ਟਰੱਕਿੰਗ ਕੰਪਨੀਜ਼ ਜੀ ਜੀ ਜੀ। ਔਰ ਇਸ ਕਰਕੇ ਸਾਨੂੰ ਆਪਣਾ ਰਿਪ੍ਰੈਜੈਂਟੇਟਿਵ ਚਾਹੀਦੇ ਹਨ ਜੋ ਸਾਡੇ ਇਸ਼ੂਜ਼ ਨੂੰ ਸਮਝਣ, ਸਾਡੀ ਸਾਈਕੀ ਨੂੰ ਸਮਝਣ ਔਰ ਉਹ ਸਾਨੂੰ ਸੋਲੂਸ਼ਨ ਦੇਣ। ਅਸੀਂ ਮਨੀ ਗਰੇਵਾਲ ਜੀ ਤੁਹਾਡੇ ਨਾਲ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ। ਦ ਵੇ ਫੋਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਮਨੀ ਗਰੇਵਾਲ ਜੀ, ਇੱਕ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਹਾਲੀ ਵੀ ਇੱਕ ਰੀਸੈਂਟ ਇਮੀਗ੍ਰੈਂਟ ਕਮਿਊਨਿਟੀ ਹੈ ਔਰ ਇਹ ਜਿਹੜੀ ਗਵਰਨਮੈਂਟ ਦੇ ਸਟਰਕਚਰਸ ਹਨ ਇਹ ਬਹੁਤ ਜ਼ਿਆਦਾ ਕਈ ਲੋਕਾਂ ਨੂੰ ਸਮਝ ਨਹੀਂ ਆਉਂਦੇ, ਐਂਡ ਦੈਟ ਮਾਈਟ ਬੀ ਵਨ ਆਫ ਦ ਰੀਜ਼ਨਸ ਕਿ ਉਹ ਇੰਨੇ ਜ਼ਿਆਦਾ ਸਾਹਮਣੇ ਆ ਕੇ ਪਾਰਟੀਸਪੇਟ ਨਹੀਂ ਕਰਦੇ। ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਸਾਨੂੰ ਥੋੜ੍ਹਾ ਜਿਹਾ, ਤੁਸੀਂ ਜਿਸ ਆਫਿਸਰਸ 'ਤੇ ਰਨ ਕਰ ਰਹੇ ਹੋ ਉਸਦੇ ਸਟਰਕਚਰ ਬਾਰੇ ਦੱਸੋ। ਵੀ ਅੰਡਰਸਟੈਂਡ ਕਿ ਕੈਲੀਫੋਰਨੀਆ ਸਟੇਟ 'ਚ ਇੱਕ ਲੋਅਰ ਹਾਊਸ ਹੈ ਜਿਸ ਨੂੰ ਅਸੈਂਬਲੀ ਕਹਿੰਦੇ ਹਨ, ਐਂਡ ਦੈਨ ਦੇਰ ਇਜ਼ ਦ ਅਪਰ ਹਾਊਸ ਵਿਚ ਇਜ਼ ਕਾਲਡ ਦ ਸੈਨੇਟ, ਇਜ਼ ਦੈਟ ਰਾਈਟ? ਹਾਂਜੀ ਜੀ। ਸੋ ਹਰਜੋਤ ਜੀ, ਜਿਹੜੇ ਕੈਲੀਫੋਰਨੀਆ ਦਾ ਗਵਰਨਮੈਂਟ ਸਟਰਕਚਰ ਹੈ, ਗਵਰਨਰ ਆਬਵੀਅਸਲੀ ਇਜ਼ ਦ ਹਾਈਐਸਟ ਇਲੈਕਟਿਡ ਅਫੀਸ਼ੀਅਲ ਜੀ, ਤੇ ਉਸ ਤੋਂ ਬਾਅਦ ਫਿਰ ਆ ਜਾਂਦਾ ਸਟੇਟ ਸੈਨੇਟਰਸ ਜੀ। ਸੋ 40 ਸਟੇਟ ਸੈਨੇਟਰਸ ਸਾਰੀ ਸਟੇਟ ਦੇ ਵਿੱਚ ਇਲੈਕਟ ਕੀਤੇ ਜਾਂਦੇ ਆ ਜੀ, ਤੇ 40 ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਗਿਵ ਔਰ ਟੇਕ ਲਿਟਲ ਬਿਟ, ਕੇ ਈਚ ਸੈਨੇਟਰ ਦੀ ਤਕਰੀਬਨ ਮਿਲੀਅਨ ਪਰਸਨ ਦੀ ਕੰਸਟੀਟਿਊਐਂਸੀ ਹੋ ਜਾਂਦੀ ਹੈ। ਹਾਂਜੀ ਹਾਂਜੀ, ਕਿਉਂਕਿ ਕੈਲੀਫੋਰਨੀਆ ਨੂੰ ਅਸੀਂ ਕੈਲੀਫੋਰਨੀਆ ਦੀ ਪੋਪੂਲੇਸ਼ਨ ਸਮ 931,000 ਸਮਥਿੰਗ ਪਰ ਸੈਨੇਟਰ, ਰਾਈਟ? ਹਾਂਜੀ ਹਾਂਜੀ ਜੀ ਜੀ। ਸੋ 40 million ਤਕਰੀਬਨ ਕੈਲੀਫੋਰਨੀਆ ਦੀ ਆਬਾਦੀ ਹੈ, ਤੇ ਉਹ ਟਰਾਈ ਕਰਦੇ ਆ ਕਿ ਕੋਰਲੇਟ ਕਰਨ ਨੂੰ ਕਿ ਮਿਲੀਅਨ ਦੇ ਹਿਸਾਬ ਦੇ ਨਾਲ ਪਰ ਡਿਸਟ੍ਰਿਕਟ ਰਿਪ੍ਰੈਜ਼ੈਂਟ ਕੀਤਾ ਜਾਵੇ। ਸੋ ਤਕਰੀਬਨ 1.5 county ਜੁਰਿਸਡਿਕਸ਼ਨ ਦੇ ਵਿੱਚ ਆ ਜਾਂਦੇ ਆ। ਇਟਸ ਐਕਚੁਅਲੀ ਬਿਗਰ ਦੈਨ ਅ ਕੰਗਰੈਸ਼ਨਲ ਡਿਸਟ੍ਰਿਕਟ। ਸੋ ਕਾਂਗਰਸਮੈਨ 58 ਹੈ ਕੈਲੀਫੋਰਨੀਆ ਦੇ ਵਿੱਚ, ਤੇ ਸਟੇਟ ਸੈਨੇਟਰ 40 ਤੇ ਫਿਰ ਉਹ ਤੋਂ ਬਾਅਦ ਆ ਜਾਂਦੇ ਅਸੈਂਬਲੀਮੈਨ, ਅਸੈਂਬਲੀ ਮੈਂਬਰ ਸੋਰੀ, ਤੇ ਅਸੈਂਬਲੀ ਮੈਂਬਰ ਜਿਹੜੇ ਆ ਉਹ AD ਮਤਲਬ ਇਲੈਕਟ ਕੀਤੇ ਜਾਂਦੇ ਆ ਕੈਲੀਫੋਰਨੀਆ ਦੇ ਵਿੱਚ, ਤੇ ਉਹਨਾਂ ਦੀ ਅਬਾਊਟ 500,000 ਦੀ ਕੰਸਟੀਚੁਐਂਸੀ ਆਉਂਦੀ ਹੈ। ਅੱਛਾ ਜੀ। ਤੇ ਜਿਹੜਾ ਅਸੈਂਬਲੀ ਦੇ ਵਿੱਚ ਬਿੱਲ ਜਦੋਂ ਪੇਸ਼ ਹੁੰਦਾ, ਜੇ ਅਸੈਂਬਲੀ ਚੋਂ ਨਿਕਲਦਾ ਸਟੇਟ ਸੈਨੇਟ ਦੇ ਵਿੱਚ ਜਾਂਦਾ, ਸਟੇਟ ਸੈਨੇਟ ਦੇ ਵਿੱਚ ਜਾ ਕੇ ਫਿਰ ਉਹ ਗਵਰਨਰ ਦੇ ਡੈਸਕ ਵੈਦਰ ਉਹ ਪਾਸ ਕਰਨਾ ਮੰਗਦੇ ਆ ਜਾਂ ਵੀਟੋ ਕਰਨਾ ਮੰਗਦੇ ਆ। ਪਰ ਸੈਨੇਟ ਵੀ ਬਿੱਲ ਇੰਟਰੋਡਿਊਸ ਕਰ ਸਕਦੀ ਹੈ ਜੀ, ਐਂਡ ਦੈਨ ਉਹਦਾ ਜਿਹੜਾ ਮਤਲਬ ਆਪੋਜ਼ਿਟ ਹੋਊਗਾ ਕਿ ਸੈਨੇਟ ਪਾਸ ਕਰਕੇ ਫਿਰ ਉਹ ਅਸੈਂਬਲੀ ਤੋਂ ਪਾਸ ਹੋਊਗੀ ਤੇ ਫਿਰ ਗਵਰਨਰ ਦੇ ਡੈਸਕ ਜਾਊਗੀ ਜੀ 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 ਜੀ। ਤੇ ਇਹ ਬੜੀ ਬੜਾ ਇੱਕ ਹਾਈ ਰੈਂਕਿੰਗ ਬੜਾ ਇੰਪੋਰਟੈਂਟ ਆਫਿਸ ਹੈ ਜਿਸ ਵਾਸਤੇ ਤੁਸੀਂ ਰਨ ਕਰ ਰਹੇ ਹੋ। ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਸਾਨੂੰ ਕੁਛ ਦੱਸੋਗੇ ਕਿ ਕੀ ਇਸ਼ੂਜ਼ ਤੁਹਾਨੂੰ ਲੱਗਦੇ ਹਨ ਤੁਹਾਡੇ 5th ਡਿਸਟ੍ਰਿਕਟ ਦੇ ਜਿਹੜੀ ਕਮਿਊਨਿਟੀ ਹੈ, ਜਿਹੜੀ ਪਾਪੂਲੇਸ਼ਨ ਹੈ, ਉਸ ਵਾਸਤੇ ਕੀ ਇਸ਼ੂਜ਼ ਮੇਜਰਲੀ ਤੁਸੀਂ ਦੇਖਦੇ ਹੋ? ਮੇਜਰ ਇਸ਼ੂ ਜੀ ਤਾਂ ਕੁਆਲਿਟੀ ਆਫ ਲਾਈਫ ਇਸ਼ੂਜ਼, ਜਿਵੇਂ ਮਤਲਬ ਕਮਿਊਟ ਟਾਈਮਸ। ਸੋ ਜਿਹੜਾ ਸਾਡਾ ਡਿਸਟ੍ਰਿਕਟ ਹੈ ਇਹ ਬੇਰੀਏ ਦੇ ਕਾਫੀ ਨੇੜੇ ਪੈ ਜਾਂਦਾ। ਜੇ ਸਹੀ ਮੈਂ ਜੇ ਆਪਾਂ ਮਾਈਲੇਜ ਦੇ ਵਿੱਚ ਦੇਖੀਏ ਤਾਂ 50-60 ਮੀਲ ਹੈ, ਮਤਲਬ ਬੇਰੀਏ ਡਬਲਿਨ ਈਸਟ ਬੇ ਤੋਂ
ਸੈਨ ਫਰਾਂਸਿਸਕੋ ਤੋਂ 70 ਮੀਲ ਹੈ, ਸੋ ਬੇਰੀਏ ਦੇ ਕਾਫੀ ਨਜ਼ਦੀਕ ਹੈ, ਪਰ ਟ੍ਰੈਫਿਕ ਇਸ਼ੂਜ਼ ਹੋਣ ਕਰਕੇ ਉਹੀ ਜਿਹੜੀ 60-70 ਮੀਲ ਦੀ ਵਾਟ ਹੈ ਉਹ 3 ਘੰਟੇ ਦੀ ਕਈ ਵਾਰੀ ਕਮਿਊਟ ਟਾਈਮ ਬਣ ਜਾਂਦਾ ਕਿਉਂਕਿ ਇੰਨਾ ਟ੍ਰੈਫਿਕ ਜਾ ਰਿਹਾ। ਟ੍ਰੈਫਿਕ ਕਿਉਂ ਜਾ ਰਿਹਾ ਉੱਥੇ ਹਰਜੋਤ ਜੀ? ਕਿਉਂਕਿ ਜਿਹੜੀਆਂ ਬੈਟਰ ਪੇਇੰਗ ਟੈਕਨੋਲੋਜੀਕਲੀ ਟੈਕਨੋਲੋਜੀ ਜੋਬਸ ਹੈ ਉਹ ਬੇਰੀਏ ਦੇ ਵਿੱਚ ਹੈ। ਅੱਛਾ, ਤੇ ਜਿਹੜੀ ਹਾਊਸਿੰਗ ਪ੍ਰਾਈਸਿਸ ਹੈ ਉਹ ਸਾਡੇ ਇਲਾਕੇ ਦੇ ਵਿੱਚ ਫਿਰ ਵੀ ਅਜੇ ਮਤਲਬ ਬੇਰੀ ਨਾਲੋਂ ਕਾਫੀ ਘੱਟ ਹੈ। ਜੇ ਬੇਰੀ ਦੇ ਵਿੱਚ ਆਪਾਂ ਮੰਨ ਲਈਏ ਵੀ ਮੀਡੀਅਨ ਹਾਊਸ 3 ਬੈਡਰੂਮ 2 ਬਾਥ ਮਤਲਬ 1200 ਸਕੁਆਇਰ ਫੀਟ ਤਕਰੀਬਨ ਮਿਲੀਅਨ ਤੋਂ ਉੱਪਰ ਈਜ਼ੀ, ਜੇ ਆਪਾਂ ਮੇਨ ਬੇਰੀ ਦੇ ਵਿੱਚ ਲਾਈਏ ਸੈਨ ਹੋਜ਼ੇ ਸੈਂਟਾ ਕਲਾਰਾ ਉਹ ਏਰੀਆ ਦੇ ਵਿੱਚ। ਇੱਥੇ ਤੁਸੀਂ ਮੋਡੈਸਟੋ ਦੇ ਵਿੱਚ ਲਾਓ ਮੀਡੀਅਨ ਹੋਮ ਪ੍ਰਾਈਸ ਇਜ਼ ਅਬਾਊਟ 300,000, ਸਟਾਕਟਨ ਚ ਵੀ 350-400,000, ਮੰਟੀਕੇ ਦੇ ਵਿੱਚ ਜਿਉਂ ਜਿਉਂ ਤੁਸੀਂ ਨੇੜੇ ਜਾਈ ਜਾਂਦੇ ਬੇਰੀਏ ਦੇ ਤਿਉਂ ਤਿਉਂ ਮੀਡੀਅਨ ਹੋਮ ਪ੍ਰਾਈਸ ਵਧੀ ਜਾ ਰਹੀ ਹੈ। ਤੇ ਫਿਰ ਕੀ ਆ, ਕਾਫੀ ਲੋਕ ਕਰ ਰਹੇ ਆ, ਸਾਰੀ ਕਮਿਊਨਿਟੀ ਨਾਟ ਸਿਰਫ ਇੰਡੀਅਨ ਕਮਿਊਨਿਟੀ, ਉਹ ਕਰਦੇ ਆ ਉਹ ਰਿਹਾਇਸ਼ ਰੱਖਦੇ ਆ ਇੱਥੇ ਤੇ ਕੰਮ ਕਰਦੇ ਆ ਉੱਥੇ, ਪਰ ਉਹ ਕੁਆਲਿਟੀ ਆਫ ਲਾਈਫ ਇਸ਼ੂ ਬਹੁਤ ਘੱਟ ਰਹੇ ਨਾ ਹਰਜੋਤ ਜੀ, ਕਿਉਂਕਿ ਤੁਸੀਂ ਇਹ ਆਈਡੀਆ ਲਾਓ ਵੀ 3 ਘੰਟੇ ਜਾਣਾ ਤੇ 3 ਘੰਟੇ ਵਾਪਸ ਆਉਣਾ, ਜੀ 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 6 ਘੰਟੇ ਹੋ ਗਏ, 25% ਤਾਂ ਤੁਹਾਡਾ ਡੇ ਰੋਡ ਦੇ ਉੱਤੇ ਲੰਘ ਜਾਂਦਾ ਜੀ। ਤੇ ਮਨੀ ਗ੍ਰਾਵਲ ਜੀ, ਇਹ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕੀ ਵਜ੍ਹਾ ਹੈ ਕਿ ਦੇਖੋ ਬੇ ਏਰੀਆ ਵਿੱਚ ਹਾਊਸਿੰਗ ਪ੍ਰਾਈਸਿਸ ਇੰਨੇ ਮਹਿੰਗੇ, ਯੂ ਨੋ ਬਿਜ਼ਨਸ ਜਿਹੜੀ ਉਹਨਾਂ ਵਾਸਤੇ ਵੀ ਜਿਹੜੀ ਰਨ ਕਰਨ ਦੀ ਕੋਸਟ ਹੈ ਬੜੀ ਹਾਈ ਹੈ, ਤੇ ਉਹ ਜਾਰਜੀਆ ਜਾ ਰਹੇ ਨੇ, ਟੈਕਸਸ ਜਾ ਰਹੇ ਨੇ, ਕੰਪੇਅਰ ਟੂ ਦੀਸ ਪਲੇਸਿਸ ਜਿੱਥੇ ਉਹ ਜਾ ਸਕਦੇ ਜਿਸ ਤਰ੍ਹਾਂ ਇਹ ਮੋਡੈਸਟੋ ਹੋ ਗਿਆ, ਮੈਂਟੇਕਾ ਹੋ ਗਿਆ, ਇੱਥੇ ਕਿਉਂ ਨਹੀਂ ਜਾ ਰਹੇ ਹੋ? ਹੁਣ ਕਾਫੀ ਲੋਕੀ ਕਹਿ ਰਹੇ ਆ ਵੀ ਅਸੀਂ ਇੱਥੇ ਰਹਿ ਕੇ ਇੰਨਾ ਟੈਕਸ ਜਿੱਥੇ ਟੈਕਸਿਸ ਕੋਈ ਸਟੇਟ ਟੈਕਸ ਨਹੀਂ ਜਾਂ ਵੈਰੀ ਲਿਟਲ ਹੈ ਵੀ ਉੱਥੇ ਕਿਉਂ ਨਾ ਜਾਈਏ। ਸੋ ਇੱਥੇ ਕੈਲੀਫੋਰਨੀਆ ਦੀ ਜਿਹੜੀ ਮਿਡਲ ਕਲਾਸ ਹੈ ਨਾ ਉਹ ਬਰਡਨ ਹੋ ਰਹੀ ਹੈ ਜੀ। ਮਤਲਬ ਇੱਥੇ ਤਾਂ ਉਹ ਸਿਚੁਏਸ਼ਨ ਸਾਡੇ ਪੇਰੈਂਟਸ ਦੇ ਵੀ ਇਹੀ ਸਿਚੁਏਸ਼ਨ ਹੁੰਦੀ ਸੀ ਕਿ ਜਿਹੜੇ ਕਈ ਪ੍ਰੋਗਰਾਮਸ ਹੈ ਤੁਸੀਂ ਉਹਨਾਂ ਲਈ ਕੁਆਲੀਫਾਈ ਨਹੀਂ ਹੁੰਦੇ ਕਿਉਂਕਿ ਤੁਸੀਂ ਜ਼ਿਆਦਾ ਪੈਸੇ ਬਣਾ ਰਹੇ ਹੈ, ਕਿਉਂਕਿ ਤੁਸੀਂ ਕੰਮ ਕਰ ਰਹੇ ਹੈ ਤੇ ਡੂਅਲ ਹਾਊਸ ਹੋਲਡ ਇਨਕਮ, ਪਰ ਇੰਨੇ ਪੈਸੇ ਬਣਾਉਣ ਦੇ ਬਾਵਜੂਦ ਤੁਸੀਂ ਫਿਰ ਵੀ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ। ਮਤਲਬ ਮੈਂ ਆਪਣੇ ਪਰਿਵਾਰ ਦੀ ਬੈਸਟ ਐਗਜ਼ਾਮਪਲ ਦੇ ਸਕਦਾ, ਜਦੋਂ ਮੈਂ ਯੂਨੀਵਰਸਿਟੀ ਗਿਆ ਮੈਂ ਤੇ ਮੇਰੇ ਬ੍ਰਦਰ ਜੀ, ਅਸੀਂ ਫਾਈਨੈਂਸ਼ੀਅਲ ਏਡ ਲਈ ਅਪਲਾਈ ਕਰਦੇ ਸੀ, ਉਹ ਸਾਨੂੰ ਡਿਸਕੁਆਲੀਫਾਈ ਕਰਦੇ ਸੀਗੇ ਕਿ ਤੁਹਾਡੇ ਪੇਰੈਂਟਸ ਦੀ ਇਨਕਮ ਜਿਹੜਾ ਅਮਾਊਂਟ ਹੈ ਉਹਦੇ ਨਾਲੋਂ ਜ਼ਿਆਦਾ, ਪਰ ਸਾਡੇ ਪੇਰੈਂਟਸ ਇੰਨੇ ਵੀ ਵੈਲ ਆਫ ਨਹੀਂ ਸੀ ਵੀ ਉਹ ਚੈੱਕ ਰਾਈਟ ਕਰਕੇ ਤੇ ਸਾਨੂੰ ਸਕੂਲ ਦੇ ਵਿੱਚ ਭੇਜ ਸਕਦੇ ਸੀਗੇ। ਸੋ ਵੀ ਵਰ ਇਨ ਅ ਕੈਚ 22 ਵੀ ਫਾਈਨੈਂਸ਼ੀਅਲੀ ਕੁਆਲੀਫਾਈ ਨਹੀਂ ਪਰ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਸਕਦੇ, ਸੋ ਫਿਰ ਲੋਨਸ ਵਗੈਰਾ ਸਟੂਡੈਂਟ ਲੋਨਸ ਲੈ ਕੇ ਇੱਦਾਂ ਫਿਰ ਪੜ੍ਹ ਹੁੰਦਾ, ਰਾਈਟ? ਸੋ ਇਹ ਚੀਜ਼ ਮਿਡਲ ਕਲਾਸ ਨੂੰ ਇੱਦਾਂ ਬਰਡਨ ਹੋ ਰਿਹਾ ਕਿ ਮਤਲਬ ਜਿਹੜੇ ਪ੍ਰੋਗਰਾਮਸ ਹੈ ਉਹ ਹੈਗੇ ਜੇ ਤੁਸੀਂ ਜਮ੍ਹਾਂ ਹੀ ਕੰਮ ਨਾ ਕਰੋ ਜਾਂ ਵੈਰੀ ਲਿਟਲ ਕੰਮ ਕਰੋ, ਸੋ ਉਹ ਜਿਹੜੀ ਮਿਡਲ ਕਲਾਸ ਹੈ ਨਾ ਉਹ ਘਟੀ ਜਾ ਰਹੀ ਹੈ, ਐਂਡ ਦੈਟਸ ਆਲਵੇਜ਼ ਅ ਸਾਈਨ ਆਫ ਅ ਬੈਡ ਇਕਨੋਮਿਕ ਸਟਰਕਚਰ ਵੇਅਰ ਦ ਰਿਚ ਕੀਪ ਗੈਟਿੰਗ ਰਿਚਰ, ਰਾਈਟ? ਯੂ ਹੈਵ ਟੂ ਲੁੱਕ ਐਟ ਦ ਮਿਡਲ ਕਲਾਸ, ਤੇ ਮਿਡਲ ਕਲਾਸ ਨੂੰ ਜੇ ਤੁਸੀਂ ਬਰਡਨ ਕਰੋਗੇ ਉਹ ਫਿਰ ਇਹੀ ਕਰੂਗੀ ਵੀ ਮੈਂ ਫਿਰ ਹੋਰ ਕੋਈ ਸਟੇਟ ਦੇ ਵਿੱਚ ਜਾਂਦੀ, ਜੀ ਜੀ, ਯੂ ਨੋ ਐਸ ਮਚ ਐਸ ਪੀਪਲ ਲਾਈਕ ਟੂ ਰਿਜ਼ਾਈਡ ਇਨ ਕੈਲੀਫੋਰਨੀਆ ਦੇ ਹੈਵ ਟੂ ਮੇਕ ਇਟ ਦੇ ਹੈਵ ਟੂ ਫੀਲ ਦੈਟ ਇਟਸ ਅਫੋਰਡਬਲ, ਜੀ ਜੀ ਜੀ, ਰਾਈਟ? ਜੇ ਉਹੀ ਤੁਸੀਂ ਟੈਕਸਿਸ ਜਾ ਕੇ 15-20,000 ਟੈਕਸ ਪੈਸੇ ਉਹਨੇ ਕੀ ਕਮਾ ਸਕਦੇ ਆ ਤੇ ਪਰ ਟੈਕਸ ਤੁਹਾਨੂੰ 15-20,000 ਲੱਗ ਰਿਹਾ, 15-20,000 ਤਾਂ ਦੈਟਸ ਸਮ ਟਾਈਮਸ 30% ਆਫ ਯੂਰ ਇਨਕਮ, ਜੀ ਜੀ ਜੀ। ਔਰ ਅਸੀਂ ਤੁਹਾਡੇ ਪਲੇਟਫਾਰਮ ਵਿੱਚ ਦੇਖ ਰਹੇ ਸੀਗੇ ਕਿ ਤੁਸੀਂ ਪ੍ਰਪੋਜ਼ ਕਰ ਰਹੇ ਹੋ ਕਿ ਉਹ ਜਿਹੜਾ ਟਰੈਵਲ ਟਾਈਮ ਹੈ ਔਰ ਇਹ ਜਿਹੜੀ ਮਤਲਬ ਕੁਆਲਿਟੀ ਆਫ ਲਾਈਫ ਨੂੰ ਇੰਪਰੂਵ ਕਰਨ ਵਾਸਤੇ ਯੂ ਵਿਲ ਟਰਾਈ ਟੂ ਗੈਟ ਬਿਜ਼ਨਸਿਸ ਟੂ ਮੋਡੈਸਟੋ, ਇਜ਼ ਦੈਟ ਰਾਈਟ? ਹਾਂਜੀ, ਦੈਟਸ ਦ ਯੂ ਹੈਵ ਟੂ ਇਨਸੈਂਟੀਵਾਈਜ਼। ਹਰਜੂ ਜੀ, ਇਹ ਜਿਹੜੀਆਂ ਕੰਪਨੀਜ਼ ਆ ਵੱਡੀਆਂ, ਫੇਸਬੁੱਕ, ਐਮਾਜ਼ਾਨ, ਮਾਈਕਰੋਸਾਫਟ, ਕੋਈ ਵੀ ਲਾ ਲਈਏ ਜਿੱਥੇ ਲੋਕੀ ਬੇਰੀ ਕੰਮ ਕਰਨ ਜਾਂਦੇ ਆ, ਪੀਪਲ ਸਾਫਟ, ਯੂ ਨੋ, ਵਟ ਐਵਰ ਦ ਕੇਸ ਮੇ ਬੀ, ਉਹਨਾਂ ਨੂੰ ਕੋਈ ਇੰਟਾਈਸਮੈਂਟ ਚਾਹੀਦੀ ਹੈ ਮੂਵ ਹੋਣ ਲਈ, ਕਿਉਂਕਿ ਉਹਨਾਂ ਨੂੰ ਦੇ ਆਰ ਮਲਟੀ ਮਿਲੀਅਨ ਬਿਲੀਅਨ ਡਾਲਰ ਕੰਪਨੀਜ਼, ਉਹਨਾਂ ਨੂੰ ਜੇ ਆਪਾਂ ਜਾ ਕੇ ਕਹੀਏ ਬਈ ਜੀ ਤੁਸੀਂ ਮੂਵ ਹੋ ਜਾਓ, ਉਹ ਕਹਿਣਗੇ ਵਾਏ, ਰਾਈਟ? ਨਾ ਕਿ ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਵੀ ਸ਼ਾਇਦ ਸਸਤਾ ਵੀ ਬਈ ਰੀਅਲ ਅਸਟੇਟ ਉੱਤੇ ਸਸਤੀ ਆ, ਪਰ ਕਈ ਵਾਰੀ ਉਹਨਾਂ ਨੂੰ ਜਸਟ ਟੂ ਮਤਲਬ ਉਹਨਾਂ ਦੀ ਅਟੈਂਸ਼ਨ ਲੈਣ ਲਈ ਯੂ ਹੈਵ ਟੂ ਮੇਕ ਇਟ ਵਰਥ ਇਟ ਟਾਈਮ, ਐਂਡ ਦੈਟਸ ਵਨ ਆਫ ਦ ਥਿੰਗਸ ਆਈਵ ਡਨ ਔਨ ਸਿਟੀ ਕਾਉਂਸਲ, ਕਿ ਤੁਸੀਂ ਬਿਜ਼ਨਸ ਨੂੰ ਇਨਸੈਂਟੀਵਾਈਜ਼ ਕਰੋ ਵੀ ਜੇ ਤੁਸੀਂ ਜੀ ਇੱਥੇ ਆਵਾਂਗੇ ਅਸੀਂ ਤੁਹਾਡੀ ਕੋਈ ਮਤਲਬ ਹੈਲਪ ਕਰਾਂਗੇ, ਪਰਮਿਟ ਫੀਸ ਦੇ ਵਿੱਚ ਹੈਲਪ ਕਰਾਂਗੇ, ਪਰਮਿਟਸ ਨੂੰ ਐਕਸਪੀਡਾਈਟ ਕਰਾਂਗੇ, ਤੇ ਜਾਂ ਮਤਲਬ ਜਿਹੜੀ ਵਰਕ ਫੋਰਸ ਹੈ ਮਤਲਬ ਜਿਹੜੀ ਤੁਹਾਡੀ 40-50% ਵਰਕਰਸ ਹੈ ਉਹ ਮੋਡੈਸਟੋ ਸਟਾਕਟਨ ਏਰੀਆ 'ਚ ਹੋ ਜਾ ਰਹੀ ਹੈ, ਕਿਉਂ ਨਹੀਂ ਤੁਸੀਂ ਆਪਣੇ ਇੰਪਲੋਈਜ਼ ਕਰਕੇ
ਕਰ ਰਹੇ ਤਾਂ ਕਿ ਉਹਨਾਂ ਦੀ ਪ੍ਰੋਡਕਟਿਵਿਟੀ ਵਧੂਗੀ। ਜਿਹੜਾ ਬੰਦਾ ਜਿਹੜਾ ਇਨਸਾਨ 3 ਘੰਟੇ ਪਹਿਲਾਂ ਕੰਮ ਤੇ ਡਰਾਈਵ ਕਰਕੇ ਗਿਆ, ਘੰਟਾ ਪਹਿਲਾਂ ਉੱਠਿਆ ਨਾ, ਕੰਮ ਤੇ ਪਹੁੰਚਣ ਤੋਂ ਪਹਿਲਾਂ ਹੀ ਦੇ ਬੀਨ ਆਲਰੇਡੀ ਅਪ 4-5 hours। ਉਹਦੀ ਪ੍ਰੋਡਕਟਿਵਿਟੀ ਇਹ ਨਹੀਂ ਵੀ ਉਹ ਚਾਹੁੰਦੇ ਆ, ਪਰ ਉਹ ਆਟੋਮੈਟਿਕਲੀ ਥੋੜੀ ਜਿਹੀ ਘੱਟਦੀ ਆ, ਬਜਾਏ ਕਿ ਕੋਈ ਬੰਦਾ ਕੰਮ ਤੋਂ ਮਤਲਬ ਆਪਣੇ ਘਰੋਂ ਉੱਠ ਕੇ ਤੇ ਤਿਆਰ ਬਿਆਰ ਹੋ ਕੇ ਤੇ 15 ਮਿੰਟ ਦੀ ਡਰਾਈਵ ਤੇ ਕੰਮ ਤੇ ਆਉਂਦਾ, ਉਹਦੀ ਪ੍ਰੋਡਕਟਿਵਿਟੀ ਨੈਚੁਰਲੀ ਜ਼ਿਆਦਾ ਹੋਣੀ। ਸੋ ਇੰਟਾਈਸਮੈਂਟਸ ਬੀਇੰਗ ਇਨ ਬਿਜ਼ਨਸ, ਲਾਈਕ ਆਈ ਹੈਵ ਮਾਈ MBA, ਆਈ ਹੈਵ business wise assi agriculture business, commercial real estate, apne hotels vagera te meri wife unna de kol regional dental offices hai, 7 dental offices hai. So business da sanu matlab zyada ta nahi par thoda wala dhang hega vi business kida promote karna, I'm sure, te business nu kida entice karna ji, assi ta business nu we definitely appreciate your experience in the area and your expertise in the area. Assi tor nare gal jari rakhange ek choti ji break de baad, tusi vekhte raho the way forward. The way forward is toda fir to swagat hai, main toda host Harjot Singh. ਬ੍ਰੇਕ 'ਤੇ ਜਾਣ ਤੋਂ ਪਹਿਲੇ ਮਨੀ ਗਰੇਵਾਲ ਜੀ, ਸਾਨੂੰ ਜਿਹੜੇ ਇਸ਼ੂਜ਼ ਹਨ ਉਹਨਾਂ ਦੀ ਕਮਿਊਨਿਟੀ ਨਾਲ, ਜਿਹੜੇ 5th ਡਿਸਟ੍ਰਿਕਟ ਨੂੰ ਇਸ਼ੂਜ਼ ਫੇਸ ਕਰਦੀ ਪਈ, 5th ਡਿਸਟ੍ਰਿਕਟ ਦੀ ਕਮਿਊਨਿਟੀ, ਉਸਦੇ ਬਾਰੇ ਗੱਲ ਕਰ ਰਹੇ ਸੀਗੇ। ਮਨੀ ਗਰੇਵਾਲ ਜੀ, ਇੱਕ ਜਿਹੜਾ ਬੜਾ ਇੰਪੋਰਟੈਂਟ ਇਸ਼ੂ ਹੈ ਸਾਰੇ ਕੈਲੀਫੋਰਨੀਆ ਵਿੱਚ ਔਰ ਪਰਟੀਕੁਲਰਲੀ ਜਿਹੜੀ ਐਗਰੀਕਲਚਰ ਕਮਿਊਨਿਟੀਜ਼ ਹਨ ਉਹਨਾਂ ਵਿੱਚ, ਜਿਹਨਾਂ 'ਚ ਸਾਡੀ ਕਮਿਊਨਿਟੀ ਦੇ ਬੜੇ ਮੈਂਬਰਸ ਸ਼ਾਮਿਲ ਹਨ, ਉਹ ਹੈ ਪਾਣੀ ਦਾ। ਆਈ ਬਲੀਵ ਰੀਸੈਂਟ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਕਰੰਟ ਐਡਮਿਨਿਸਟ੍ਰੇਸ਼ਨ ਨੇ ਕੁਛ ਪੁਰਾਣੇ ਜਿਹੜੇ ਲਾਜ਼ ਪ੍ਰੀਵੀਅਸ ਐਡਮਿਨਿਸਟ੍ਰੇਸ਼ਨ ਦੇ ਥੱਲੇ ਜੋ ਆਏ ਸਨ, ਉਹਨਾਂ ਦੇ ਉੱਪਰ ਵੀ ਕੁਛ ਉਹਨਾਂ ਨੂੰ ਕੁਛ ਰਿਵੋਕ ਕੀਤਾ ਹੈ। ਸਾਨੂੰ ਦੱਸੋਗੇ ਕੀ ਇਸ਼ੂ ਹੈਗਾ ਵਾਟਰ ਦਾ ਕੈਲੀਫੋਰਨੀਆ ਵਿੱਚ? ਵਾਟਰ ਦਾ ਇਸ਼ੂ ਜੀ, ਜਿਵੇਂ ਮਤਲਬ ਸਾਰੀ ਕੰਟਰੀ ਦੇ ਵਿੱਚ, ਵਰਲਡ ਵੀ ਆਪਾਂ ਲਾ ਲਈਏ, ਜਿਵੇਂ ਆਪਾਂ ਪੰਜਾਬ ਦੇ ਵਿੱਚ ਹੀ ਗੱਲ ਕਰੀਏ ਕਿਉਂਕਿ ਆਪਣਾ ਸਾਰਾ ਪਿਛੋਕੜ ਉੱਥੇ ਦਾ, ਪਾਣੀ ਦਾ ਇਸ਼ੂ ਫਾਰਮਰਸ ਲਈ ਬਹੁਤ ਵੱਡਾ ਹੁੰਦਾ ਕਿ ਉਹ ਪਾਣੀ ਕਿਸ ਤਰ੍ਹਾਂ ਯੂਟੀਲਾਈਜ਼ ਹੁੰਦਾ ਤੇ ਕਿੱਥੇ ਉਹ ਪਾਣੀ ਜਾਂਦਾ। ਸੋ ਜਿਹੜਾ ਇਹ ਡਿਸਟ੍ਰਿਕਟ ਹੈ, ਇਹਨਾਂ ਨੇ ਕਾਫੀ ਮਨੀ ਜਿਹੜੇ ਪਹਿਲੀ ਜਨਰੇਸ਼ਨ ਸੀਗੇ ਡੈਮਸ ਦੇ ਵਿੱਚ ਇਨਵੈਸਟ ਕੀਤਾ ਸੀਗਾ। ਸੋ ਕਾਫੀ ਉਹ ਰਿਸਪੋਂਸਿਬਲ ਪ੍ਰੂਡੈਂਟ ਮਤਲਬ ਰਹੇ ਆਪਣੇ ਜਿਹੜਾ ਪਾਣੀ ਦਾ ਸਪਲਾਈ ਸੀਗਾ। ਤੇ ਹੁਣ ਸਟੇਟ ਦੇ ਵਿੱਚ ਜਿੱਦਾਂ ਹੋਰ ਏਰੀਆ ਸਟੇਟ ਦੇ ਜ਼ਿਆਦਾ ਪਾਪੂਲੇਸ਼ਨ ਵੱਧ ਰਹੀ ਆ, LA ਏਰੀਆ, ਬੇ ਏਰੀਆ, ਤੇ ਹੁਣ ਸਟੇਟ ਦੀ ਮੈਂਡੇਟ ਇਹ ਸੀਗੀ ਕਿ ਉਹ ਪਾਣੀ ਥੋੜਾ ਜਿਹਾ ਉਧਰ ਨੂੰ ਡਿਵਰਟ ਕੀਤਾ ਜਾਵੇ। ਤੇ ਉਹਨਾਂ ਦੀ ਵੀ ਗੱਲ ਸਮਝ ਸਕਦੇ ਹਾਂ ਆਪਾਂ ਜੀ, ਕਿ ਜੀ ਉੱਥੇ ਰੈਜੀਡੈਂਟਸ ਜ਼ਿਆਦਾ ਹੈ, ਉੱਥੇ ਪਾਣੀ ਦੀ ਲੋੜ ਹੈ, ਪਰ ਜਿਹੜਾ ਇਹ ਇਲਾਕਾ ਉਹ ਇਹ ਕਹਿ ਰਿਹਾ ਵੀ ਅਸੀਂ ਰਿਸਪੋਂਸੀਬਲ ਤੇ ਵਧੀਆ ਤਰੀਕੇ ਨਾਲ ਆਪਣਾ ਪਾਣੀ ਦਾ ਸਿਸਟਮ ਤਾਂ ਹੀ ਕੀਤਾ ਸੀ ਕਿਉਂਕਿ ਸਾਨੂੰ ਪਤਾ ਸੀਗਾ ਵੀ ਇੱਥੇ ਜ਼ਿਆਦਾ ਫਾਰਮਿੰਗ ਦੀ ਲੋੜ ਹੈ ਜੀ, ਤੇ ਜਿੱਥੇ ਰੈਜੀਡੈਂਟਸ ਲਈ ਵੀ ਪਾਣੀ ਚਾਹੀਦਾ, ਫਾਰਮਿੰਗ ਲਈ ਵੀ, ਕਿਉਂਕਿ ਜਿਹੜੇ ਉਹ ਫਾਰਮਿੰਗ ਦੇ ਫਲ ਹੈ ਜਾਂ ਕਮੋਡਿਟੀਜ਼ ਹੈ ਉਹ ਵੀ ਰੈਜੀਡੈਂਸੀ ਉਹਨੂੰ ਯੂਟੀਲਾਈਜ਼ ਕਰਦੇ ਆ। ਜੇ ਆਪਾਂ ਬਦਾਮਾਂ ਦਾ ਲਾਈਏ, 80% ਜਿਹੜਾ ਦੁਨੀਆਂ ਦਾ ਬਦਾਮ ਦਾ ਸਪਲਾਈ ਹੈ ਉਹ ਇਹ ਰੀਜਨ ਦੇ ਵਿੱਚੋਂ ਗਰੋ ਹੁੰਦਾ ਜੀ। ਫਿਰ ਤੁਸੀਂ ਲਾ ਲਓ ਪੀਚੇਸ, ਐਪਰੀਕਾਟਸ ਜੀ ਜੀ ਜੀ, ਮਤਲਬ ਹੋਰ ਜਿਹੜੇ ਕ੍ਰੋਪਸ ਹੈ ਜੀ। ਸੋ ਹੁਣ ਉਹ ਫਾਈਟ ਕਾਫੀ ਚੱਲ ਰਹੀ ਹੈ ਤੇ ਮੈਂ ਕਾਫੀ ਫਾਈਟ ਦੇ ਵਿੱਚ ਸ਼ੁਰੂ ਨਾਲ ਜੁੜੇ ਹੋਏ ਆ ਕਿਉਂਕਿ ਮੈਂ ਇਹ ਸਮਝਦਾ ਕਿ ਇਹ ਇਲਾਕੇ ਦਾ ਜਿਹੜਾ ਪਾਣੀ ਹੈ ਇਹ ਇਲਾਕੇ ਦੇ ਵਿੱਚ ਹੀ ਰਹਿਣਾ ਚਾਹੀਦਾ। ਜਿੱਥੇ ਜਿੱਥੇ ਅਸੀਂ ਸਪੋਰਟ, ਜਦੋਂ ਕਦੇ ਓਵਰ ਸਪਲਾਈ ਹੁੰਦੀ ਹੈ, ਸਾਡੀਆਂ ਕਾਫੀ ਕੰਟਰੈਕਟਸ ਸੈਨ ਫ੍ਰਾਂਸਿਸਕੋ ਦੇ ਨਾਲ ਹੈ ਵੀ ਅਸੀਂ ਉਹ ਪਾਣੀ ਉੱਥੇ ਡਿਵਰਟ ਕਰਦੇ ਹਾਂ, ਪਰ ਉਹ ਉਦੋਂ ਡਿਵਰਟ ਹੁੰਦਾ ਜਦੋਂ ਇਹ ਰੀਜਨ ਦਾ ਜਿਹੜੀ ਯੂਸੇਜ ਹੈ ਜਾਂ ਜਿੰਨੀ ਲੋੜ ਹੈ ਉਹ ਪੂਰੀ ਹੁੰਦੀ ਹੈ ਜੀ ਜੀ। ਸੋ ਉਹ ਸਾਡਾ ਮਤਲਬ ਗਵਰਨਮੈਂਟ ਸਟੇਟ ਮੈਂਡੇਟ ਜਿਹੜਾ ਸੀ ਵੀ 40% ਤੁਸੀਂ ਆਪਣਾ ਪਾਣੀ ਡਿਵਰਟ ਕਰਕੇ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਭੇਜੋ। ਤੇ ਇਹ ਇਲਾਕੇ ਦੇ ਵਿੱਚ ਤਾਂ ਇਹ ਗੱਲ ਜਮਾ ਹੀ ਨਹੀਂ ਬਰਦਾਸ਼ਤ ਹੋ ਰਹੀ ਕਿਉਂਕਿ 40% ਸਾਨੂੰ ਮਤਲਬ ਇੱਕ ਇੱਕ ਏਕੜ ਫੁੱਟ ਪਾਣੀ ਦਾ ਜ਼ਰੂਰੀ ਹੈ, ਕਿਉਂਕਿ ਨਹੀਂ ਤਾਂ ਫਿਰ ਕਾਫੀ ਜਿਹੜੇ ਫਾਰਮਸ ਹੈ ਉਹ ਜਮਾ ਹੀ ਪਾਣੀ ਤੋਂ ਬਿਨਾਂ ਦੇ ਵਿਲ ਮਤਲਬ ਫੈਲੋ, ਐਂਡ ਉਹਦੇ ਕਰਕੇ ਕ੍ਰੋਪ ਨਹੀਂ ਹੋਊਗਾ ਤੇ ਉਹਦੇ ਵਿੱਚ ਜਿਹੜੀ ਕਮੋਡਿਟੀਜ਼ ਦੀ ਪ੍ਰਾਈਸ ਹੈ ਉਹ ਵੱਧ ਹੀ ਜਾਊਗੀ ਕਿਉਂਕਿ ਸਪਲਾਈ ਘੱਟ ਜੂਗਾ। ਸੋ ਇਹ ਕਾਫੀ ਦੇਰ ਦੀ ਤਕਰੀਬਨ 5-6 ਸਾਲਾਂ ਤੋਂ ਇਹ ਗੱਲ ਚੱਲ ਰਹੀ ਹੈ, ਪਰ ਮੈਂ ਮਤਲਬ ਜੇ ਮੈਨੂੰ ਮੌਕਾ ਮਿਲਦਾ ਕਿ ਇਹ ਸੇਵਾ ਦਾ ਕਿ ਮੈਂ ਕੱਲ੍ਹ ਸਟੇਟ ਸੈਨੇਟ ਇਹ ਡਿਸਟ੍ਰਿਕਟ ਲਈ ਆ, ਮੈਂ ਤਾਂ ਐਂਡ ਤੱਕ ਇਹੀ ਕਹੂੰਗਾ ਕਿ ਪਹਿਲਾਂ ਸਾਡੇ ਜਿਹੜੇ ਰੈਜੀਡੈਂਟਸ ਆ ਉਹ ਪ੍ਰਾਇਓਰਟੀ ਹੈ, ਫਿਰ ਉਹ ਤੋਂ ਬਾਅਦ ਜਿਹੜੇ ਦੂਸਰੇ ਇਲਾਕੇ ਆ ਉੱਥੇ ਜੇ ਸਾਡੇ ਕੋਲ ਵੱਧ ਗਿਣਤੀ ਦੇ ਵਿੱਚ ਪਾਣੀ ਦੀ ਸਪਲਾਈ ਹੈ ਤੇ ਅਸੀਂ ਉੱਥੇ ਸੈਂਡ ਕਰ ਸਕਦੇ ਜੀ ਜੀ ਜੀ। ਔਰ ਸਾਨੂੰ ਇਸੇ ਕਰਕੇ ਸਾਡੇ ਜਿਹੜੇ ਆਪਣੇ ਇਸ਼ੂਜ਼ ਹਨ ਜਿਹੜੇ ਲੋਕਾਂ ਦੇ ਲੋਕਲ ਜਿਹੜੇ ਇਸ਼ੂਜ਼ ਹੁੰਦੇ ਨੇ ਉਸ ਕਰਕੇ ਸਾਨੂੰ ਤੁਹਾਡੇ ਜੇ ਰਿਪ੍ਰੈਜੈਂਟੇਟਿਵਸ ਚਾਹੀਦੇ ਹਨ ਜੋ ਉਨ ਰਾਈਟਸ ਦੀ ਕਰਕੇ ਉਨ ਹੱਕਾਂ ਦੀ ਕਰਕੇ ਲੜਨ। ਇੱਕ ਸੇਫਟੀ ਦਾ ਵੀ ਇੱਕ ਬੜਾ ਵੱਡਾ ਚੈਲੰਜ ਨਜ਼ਰ ਆ ਰਿਹਾ ਉਨ ਕਮਿਊਨਿਟੀਜ਼ ਵਿੱਚ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ?
ਬਹੁਤ ਜ਼ਰੂਰੀ ਹੈ ਜੀ। ਜਿਵੇਂ ਪਹਿਲਾਂ ਕਿ ਮੈਂ ਕਹਿ ਚੁੱਕਿਆ ਹਰਜੋਤ ਜੀ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਕੋਈ ਵੀ ਇਲੈਕਟਿਡ ਅਫੀਸ਼ੀਅਲ ਦੀ ਹੈ ਕਿ ਉਹਦੀ ਜਿਹੜੀ ਕਮਿਊਨਿਟੀ ਨੂੰ ਰੈਪ੍ਰੈਜੈਂਟ ਕਰਦੇ ਆ ਉਹ ਸੇਫ ਫੀਲ ਕਰਨ, ਉਹਨਾਂ ਨੂੰ ਇਹ ਲੱਗੇ ਕਿ ਸਾਡੇ ਬੱਚੇ ਸਾਡੇ ਪਰਿਵਾਰ ਸੁਰੱਖਿਅਤ ਹੈ, ਜੇ ਅਸੀਂ ਕਿਤੇ ਬਾਹਰ ਅੰਦਰ ਜਾ ਰਹੇ ਹਾਂ ਅਸੀਂ ਸੁਰੱਖਿਅਤ ਹੈ, ਜੇ ਅਸੀਂ ਬਾਹਰ ਗਏ ਹਾਂ ਤਾਂ ਸਾਡਾ ਘਰ ਸੁਰੱਖਿਅਤ ਹੈ। ਸੋ ਲਾ ਇਨਫੋਰਸਮੈਂਟ ਕੋਈ ਵੀ ਕਮਿਊਨਿਟੀ ਤੁਸੀਂ ਲਾ ਲਓ, ਚਾਹੇ ਤੁਸੀਂ ਨਿਊਯਾਰਕ ਦੇ ਵਿੱਚ ਬੈਠੇ ਹੋ ਅਸੀਂ ਕੈਲੀਫੋਰਨੀਆ, ਉਹ ਤਾਂ ਇੱਕ ਯੂਨੀਵਰਸਲ ਰਾਈਟ ਹੋਣੀ ਚਾਹੀਦੀ ਹੈ ਹਰੇਕ ਸਿਟੀਜ਼ਨ ਦੀ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ। ਤੇ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੂੰ ਉਹ ਇਲੈਕਟ ਕਰਦੇ ਆ ਕਿ ਫੰਡਿੰਗ ਇੰਨੀ ਦਿੱਤੀ ਜਾਵੇ ਤਾਂ ਕਿ ਇਨਫ ਆਫੀਸਰਸ ਇਨਫ ਫਾਇਰ ਫਾਈਟਰਸ ਹੋਣ ਤਾਂ ਕਿ ਉਹਨਾਂ ਦੇ ਪਰਿਵਾਰ ਸੇਫ ਫੀਲ ਕਰਨ, ਉਹ 911 ਨੂੰ ਕਾਲ ਕਰਨ ਤੇ ਉਹਨਾਂ ਨੂੰ ਪਤਾ ਲੱਗੇ ਕਿ ਠੀਕ ਹੈ ਜੀ ਜਿਹੜਾ ਮਤਲਬ ਰਿਸਪੌਂਸ ਹੈ ਉਹ ਬਹੁਤ ਲੰਬਾ ਨਹੀਂ, ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਤਾਂ ਇੰਨੀ ਲੈਕ ਆਫ ਲਾ ਇਨਫੋਰਸਮੈਂਟ ਪ੍ਰੋਫੈਸ਼ਨਲ ਵੀ ਹੈ ਕਿ 911 ਕਾਲ ਕਰਨ ਦੇ ਵੀ ਬਾਵਜੂਦ 8-10 ਮਿੰਟ ਦਾ ਰਿਸਪੌਂਸ ਟਾਈਮ ਹੁੰਦਾ ਤੇ 8-10 ਮਿੰਟ ਦੇ ਵਿੱਚ ਹੁਣ ਆਪਾਂ ਵੀ ਇਹ ਜਾਣ ਸਕਦੇ ਵੀ ਆਪਣੇ ਪਰਿਵਾਰ ਦੇ ਉੱਤੇ ਕੀ ਬੀਤੇ, ਜੇ ਕੋਈ ਇੰਟਰੂਡਰ ਆਪਣੇ ਘਰ ਦੇ ਵਿੱਚ ਆ ਰਿਹਾ ਤੇ ਆਪਾਂ 911 ਨੂੰ ਕਾਲ ਕਰ ਰਹੇ ਹਾਂ ਤੇ ਉਹ 8-10 ਮਿੰਟ ਬਾਅਦ ਆਉਂਦੇ ਆ, 8-10 ਮਿੰਟ ਉਹ ਟਾਈਮ ਦੇ ਵਿੱਚ ਲੱਗਦਾ, ਇੱਕ ਇੱਕ ਮਿੰਟ ਘੰਟੇ ਵਾਂਗੂ ਫੀਲ ਹੁੰਦਾ। ਜੀ ਆਈ ਥਿੰਕ ਦਿਸ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਦ ਬੇਸਿਕ ਇਸ਼ੂਜ਼ ਦੈਟ ਐਨੀ ਕਮਿਊਨਿਟੀ ਫੇਸਿਸ। ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉੱਥੇ ਹੈਗੇ ਹੋ ਸਾਨੂੰ ਰਿਪ੍ਰੈਜੈਂਟ ਕਰਨ ਲਈ, ਐਂਡ ਪਰਟੀਕੁਲਰਲੀ ਅਸੀਂ ਦੇਖਿਆ ਤੁਸੀਂ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਆਪ ਸਰੂਪ ਵਿੱਚ ਹੋ। ਸਾਡੀ ਸਿੱਖ ਕਮਿਊਨਿਟੀ ਦੇ ਕਈ ਮੈਂਬਰਸ ਜੋ ਕਿ ਪੱਗ ਬੰਦੇ ਜੋ ਵਿਜੀਬਲੀ ਸਿੱਖ ਹੈਗੇ, ਉਹਨਾਂ ਉੱਪਰ ਕੈਲੀਫੋਰਨੀਆ ਵਿੱਚ ਕਈ ਹਾਦਸੇ ਪਿਛਲੇ ਕੁਝ ਸਮੇਂ 'ਚ ਵੇਖਣ ਨੂੰ ਆਏ ਨੇ, ਕਿਆ ਇਹ ਤੁਸੀਂ ਇਸ਼ੂ ਵੇਖਦੇ ਹੋ? ਹਾਂ, ਬਹੁਤ ਜ਼ਰੂਰੀ ਜੀ। ਮਤਲਬ ਇਹ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੀ ਦਸਤਾਰ ਰੱਖਣੀ ਇਹ ਪ੍ਰਮਾਤਮਾ ਦੇ ਨੇ ਆਪਾਂ ਨੂੰ ਦਾਤ ਕੀਤੀ, ਕੱਲ ਕੀਤਾ ਦਸਮੇਸ਼ ਪਿਤਾ ਨੇ ਆਪਾਂ ਨੂੰ ਇਹ ਦਾਤ ਬਖਸ਼ੀ ਜੀ, ਤੇ ਆਪਾਂ ਸਿੱਖੀ ਰੱਖਣ ਵਾਲੇ ਨਹੀਂ, ਸਿੱਖੀ ਆਪਾਂ ਨੂੰ ਰੱਖ ਰਹੀ ਆ, ਪਰ ਆਪਾਂ ਸੇਵਾ ਨਿਭਾਉਂਦੇ ਹਾਂ ਆਪਣੇ ਪਰਿਵਾਰਾਂ ਦੇ ਵਿੱਚ। ਸਾਡੇ ਪਰਿਵਾਰ ਨੇ, ਮੇਰੇ ਮਦਰ ਫਾਦਰ ਨੇ ਸਾਨੂੰ ਹਮੇਸ਼ਾ ਸਿੱਖੀ ਨਾਲ ਜੋੜ ਕੇ ਰੱਖਿਆ, ਸਾਡੇ ਬੱਚੇ ਵੀ ਕੀਰਤਨ ਕਰਦੇ ਆ, ਗੁਰਬਾਣੀ ਨਾਲ ਜੁੜੇ ਆ, ਪੰਜਾਬੀ ਬੋਲ ਸਕਦੇ ਆ, ਗੁਰਮੁਖੀ ਪੜ੍ਹ ਸਕਦੇ ਆ ਜੀ। ਇਹ ਜ਼ਰੂਰੀ ਹੈ ਕਿਉਂਕਿ ਇਹ ਇੱਕ ਆਪਣਾ ਵਿਰਸਾ ਹੈ ਜਿਹੜਾ ਆਪਾਂ ਨੂੰ ਸੰਭਾਲਣ ਦੀ ਲੋੜ ਹੈ। ਤੇ ਦਸਤਾਰ ਬੰਨਣ ਦੀ ਜੇ ਆਪਾਂ ਇਹ ਗੱਲ ਕਰੀਏ, ਮੈਨੂੰ ਪਤਾ ਆਪਣਾ ਟਾਈਮ ਕਾਫੀ ਨੇੜੇ ਆ ਰਿਹਾ ਕਲੋਜ਼ਿੰਗ ਦਾ ਸੈਗਮੈਂਟ ਦਾ ਤੇ ਸ਼ੋ ਦਾ, ਪਰ ਮੈਂ ਇਹ ਗੱਲ ਜ਼ਰੂਰੀ ਕਹਿਣਾ ਸਮਝਦਾ ਜੀ ਕਿ ਜੇ ਆਪਣੇ ਬੱਚੇ ਜਾਂ ਮੈਨੂੰ ਇਹ ਸੇਵਾ ਮਿਲਦੀ ਹੈ ਕਿ ਮੈਂ ਸੈਨੇਟਰ ਹੁੰਦਾ ਤੇ ਇੱਕ ਦਸਤਾਰ ਬੰਨ ਕੇ ਮੈਂ ਸਟੇਟ ਸੈਨੇਟ ਦੇ ਵਿੱਚ ਜਾਣਾ, ਪਹਿਲਾਂ ਤਾਂ ਇਹ ਮੈਨੂੰ ਜਿੱਥੇ ਤੱਕ ਸਾਡੀ ਨੌਲੇਜ ਜਾਂ ਸਾਡੀ ਇਨਵੈਸਟੀਗੇਸ਼ਨ ਅਸੀਂ ਕੀਤੀ ਹੈ ਕਿ ਮਤਲਬ ਆਈ ਵੁੱਡ ਬੀ ਦਾ ਫਰਸਟ ਪ੍ਰੈਕਟਿਸਿੰਗ ਸਿੱਖ ਲੈਜਿਸਲੇਟਰ ਇਨ ਦਾ ਯੂਨਾਈਟਿਡ ਸਟੇਟਸ। ਜੀ ਜੀ, ਦਲੀਪ ਸਿੰਘ ਸੌਨ ਸੀਗੇ 1957 ਵਿੱਚ, ਬਟ ਹੀ ਵਾਸ ਨਾਟ ਅ ਟਰਬਨ ਵੇਅਰਿੰਗ ਸਿੱਖ। ਹਾਂਜੀ, ਉਹ ਸਿੱਖ ਸੀਗੇ ਪਰ ਇਸ ਟਾਈਮ ਮਤਲਬ ਜਿਹੜੀ ਅਸੀਂ ਲਾ ਰਹੇ ਹਾਂ ਤੇ ਲੈਜਿਸਲੇਸ਼ਨ ਦੇ ਵਿੱਚ ਅਸੀਂ ਦੇਖਿਆ ਵੀ ਕੋਈ ਦਸਤਾਰ ਵਾਲੇ ਆਪਣੇ ਵੀਰ ਜਾਂ ਭੈਣ ਨਹੀਂ ਹੈਗੇ, ਆਪਣੇ ਇੰਡੀਅਨ ਭਾਈਚਾਰੇ ਦੇ ਹੈਗੇ ਆ। ਮੈਨੂੰ ਲੱਗਦਾ ਸ਼ਾਇਦ ਸਿੱਖ ਭਾਈਚਾਰੇ ਦੇ ਵੀ ਸਾਨੂੰ ਤਾਂ ਨਹੀਂ ਮਿਲੇ, ਪਰ ਅਸੀਂ ਮਿਸਟੇਕਨ ਹੋ ਸਕਦੇ ਹਾਂ, ਸੋ ਜੇ ਮਿਸਟੇਕ ਲੱਗੀ ਤਾਂ ਪਲੀਜ਼ ਅਸੀਂ ਅਪੋਲੋਜਾਈਜ਼ ਕਰਦੇ ਹਾਂ ਗੱਲ ਬਾਰੇ। ਪਰ ਮੈਂ ਇਹ ਸੋਚਦਾ ਵੀ ਕੈਲੀਫੋਰਨੀਆ ਜਿਹੜੀ ਯੂਨਾਈਟਿਡ ਸਟੇਟ ਦੀ ਵਨ ਆਫ ਦ ਲਾਰਜਰ ਐਂਡ ਮੋਰ ਪ੍ਰੋਮੀਨੈਂਟ ਸਟੇਟਸ, ਉਹਦੇ ਵਿੱਚ ਉਹ ਆਪਾਂ ਇੱਕ ਮੈਂਬਰ ਜਿਹੜੇ 40 ਸੈਨੇਟਰ ਹੈ ਦਸਤਾਰ ਬੰਨ ਕੇ ਜਾਵਾਂਗੇ ਤਾਂ ਇੱਕ ਕਿਸਮ ਦਾ ਕੰਪੈਲ ਹੀ ਹੋਊਗਾ ਕਿ ਜਿਹੜੀ ਪਬਲਿਕ ਹੈ ਜਿਹੜੀ ਸਿੱਖ ਭਾਈਚਾਰੇ ਬਾਰੇ ਨਹੀਂ ਜਾਣੂ ਜਾਂ ਇੰਡੀਅਨ ਭਾਈਚਾਰੇ ਬਾਰੇ ਨਹੀਂ ਜਾਣੂ, ਉਹ ਗੂਗਲ ਕਰਕੇ ਜ਼ਰੂਰ ਦੇਖੂਗੀ ਵੀ ਇਹ ਸੈਨੇਟਰ ਕਿਉਂ ਹੈ, ਕਿਉਂ ਇਹ ਪੱਗ ਬੰਦ ਹੈ, ਕਿਉਂ ਦਸਤਾਰ ਬੰਦ ਹੈ, ਤੇ ਫਿਰ ਉਹ ਮੱਲੋ ਮੱਲੀ ਉਹਨਾਂ ਨੂੰ ਹੋਊਗਾ ਐਂਟਰੀ ਕਿ ਇਹਨਾਂ ਦੇ ਰਿਲੀਜਨ ਬਾਰੇ ਲਰਨ ਕੀਤਾ ਜਾਵੇ। ਸੋ ਇਹ ਸੇਵਾ ਮੈਂ ਤਾਂ ਕਹਿ ਸਕਦਾ ਕਾਫੀ ਆਨਰ ਦੀ ਗੱਲ ਹੈ ਮੇਰੇ ਲਈ ਕਿ ਇੱਕ ਕਿਸਮ ਦੀ ਆਪਣੀ ਸਿੱਖਿਜ਼ਮ ਦੀ ਜਿਹੜੀ ਆਊਟਰੀਚ ਹੈ ਉਹ ਇਹ ਆਫਿਸ ਦੇ ਨਾਲ ਵੱਧ ਸਕਦੀ ਹੈ। ਡੈਫੀਨੇਟਲੀ, ਔਰ ਇਹ ਇੱਕ ਪਹਿਚਾਣ ਵਾਸਤੇ ਬਹੁਤ ਵੱਡਾ ਪੋਜ਼ਿਟਿਵ ਸਾਈਨ ਹੋਏਗਾ, ਔਰ ਇੱਕ ਪੋਜ਼ਿਟਿਵ ਰੋਲ ਮਾਡਲ ਤੁਸੀਂ ਬਣੋਗੇ ਆਪਣੀ ਕਮਿਊਨਿਟੀ ਦੇ ਬੱਚਿਆਂ ਵਾਸਤੇ ਵੀ। ਮਨੀ ਗ੍ਰੇਵਾਲ ਜੀ, ਸਾਨੂੰ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੁਹਾਨੂੰ ਬੜੀ ਸਪੋਰਟ ਜਿਹੜੀ ਹੈ ਲੋਕਲ ਕਮਿਊਨਿਟੀ ਤੋਂ। ਅਸੀਂ ਯੂ ਨੋ ਵੀ ਵਰ ਫਾਈਂਡਿੰਗ ਆਊਟ ਕਿ ਲੋਕਲ ਜਿਹੜੇ ਸਾਇੰਸ ਹਨ, ਲਾਈਕ ਦੇ ਆਰ ਮੋਰ ਦੈਨ 8,000 ਪੀਪਲ ਹੂ ਹੈਵ ਯੂ ਨੋ ਕਮ ਫੋਰਵਰਡ, ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਤੁਹਾਡੇ ਸਾਇੰਸ ਲਗਾਏ ਹਨ, ਜਿਨ੍ਹਾਂ ਨੇ ਤੁਹਾਡੀ ਇਸ ਕੈਂਪੇਨ ਨੂੰ ਪੂਰੀ ਸਪੋਰਟ ਦਿੱਤੀ ਹੈ ਅਕਰੋਸ ਦ ਕਮਿਊਨਿਟੀਜ਼, ਫਰੋਮ ਆਲ ਕਮਿਊਨਿਟੀਜ਼, ਇਜ਼ ਦੈਟ ਰਾਈਟ? ਜੀ, ਇਹ ਗੱਲ ਲਈ ਤਾਂ ਮੈਂ ਮਤਲਬ ਸ਼ੁਕਰ ਗੁਜ਼ਾਰ ਹਾਂ ਹਰੇਕ ਆਪਣੇ ਵੀਰ ਭੈਣ ਬਜ਼ੁਰਗ, ਕਿਉਂਕਿ ਇਹ ਕੈਂਪੇਨ ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਤੇ ਹੁਣ ਤਾਂ ਯਕੀਨਨ ਸੱਚ ਹੀ ਹੈ ਕਿ ਇਹ ਕੈਂਪੇਨ ਮੈਨੀ ਗਰੇਵਾਲ ਜਾਂ ਗਰੇਵਾਲ ਪਰਿਵਾਰ ਦੀ ਕੈਂਪੇਨ ਨਹੀਂ,
ਇਹ ਸਮੁੱਚੇ ਭਾਈਚਾਰੇ ਦੀ ਕੈਂਪੇਨ ਬਣ ਚੁੱਕੀ ਹੈ, ਕਿਉਂਕਿ ਤੁਸੀਂ ਸਾਇੰਸ ਦੀ ਗੱਲ ਕੀਤੀ ਹੈ, ਇੰਨਾ ਹੰਬਲਿੰਗ ਤੇ ਇਨਕਰੇਜਿੰਗ ਹੈ ਕਿ ਲੋਕੀ ਆਪਣਾ ਕੰਮ ਸਮਝ ਕੇ ਵੀ ਜੀ ਸਾਇੰਸ ਲਾਉਣ ਜਾਣੇ ਆ ਜੀ, ਫਲਾਣੇ ਏਰੀਏ ਦੇ ਵਿੱਚ ਫਲਾਣੀ ਟੀਮ ਬਣ ਕੇ ਉਹ ਆਪਣੇ ਇਲਾਕੇ ਦੇ ਵਿੱਚ ਜਾ ਜਾ ਕੇ ਸਾਇੰਸ ਲਾ ਰਿਹਾ, ਤੇ ਸਾਇੰਸ ਦਾ ਏਦਾਂ ਨਹੀਂ ਸੀ ਕਿ ਤੁਸੀਂ ਕਿਸੇ ਨੂੰ ਕੰਪੈਲ ਕਰ ਰਹੇ ਆ ਵੀ ਲਾਓ ਹੀ ਲਾਓ, ਉਹ ਆਪ ਤੁਹਾਨੂੰ ਕਹਿੰਦੇ ਸੀ ਵੀ ਲਾਓ ਜੀ ਲਾਓ, ਇੱਕ ਦੀ ਜਗ੍ਹਾ ਤੁਸੀਂ ਦੋ ਲਾਓ। ਸੋ ਦੇਖੋ ਜਦੋਂ ਤੁਹਾਡੀ ਕਮਿਊਨਿਟੀ ਇੰਨੀ ਤੁਹਾਡੇ ਨਾਲ ਹੈ, ਇੱਕ ਕਿਸਮ ਦਾ ਤੁਹਾਨੂੰ ਆਪ ਹੀ ਇੱਕ ਜਨੂਨ ਪੈਦਾ ਹੋ ਜਾਂਦਾ ਕਿ ਤੁਹਾਡੀ ਕਮਿਊਨਿਟੀ ਤੁਹਾਡੇ ਨਾਲ ਹੈ ਜੀ, ਫਿਰ ਤੁਸੀਂ ਆਪਣਾ ਲਾਓ। ਵੋਟਿੰਗ ਦੇ ਵਿੱਚ ਵੀ ਸਾਨੂੰ ਕਾਫੀ ਉਮੀਦ ਹੈ ਵੀ ਆਲੀ ਵਾਰੀ ਜਿਹੜੀ ਆਪਣੀ ਵੋਟਰ ਟਰਨਆਊਟ ਹੈ ਉਹ 20% ਨਹੀਂ ਹੋਊਗੀ, ਕਿਉਂਕਿ ਅਸੀਂ ਆਪ ਦੇਖ ਰਹੇ ਹਾਂ ਲੋਕੀ ਕਾਲ ਕਰਕੇ ਜਿਹੜੇ ਉਹਨਾਂ ਦੇ ਏਰੀਏ ਦੇ ਵਿੱਚ ਡੈਜ਼ਿਗਨੇਟ ਕੀਤੇ ਹੋਏ ਆ ਉਹ ਉਹਨਾਂ ਨੂੰ ਵਾਲੰਟੀਅਰ ਨੂੰ ਕਾਲ ਕਰਕੇ ਵੀ ਜੀ ਸਾਡੀ ਵੋਟ ਘਰੇ ਆ ਗਈ, ਅਸੀਂ ਵੋਟ ਪਾਣੀ ਹੈ, ਕਿੱਦਾਂ ਪਾਣੀ ਹੈ, ਮਤਲਬ ਉਹ ਜਿਹੜੀ ਜਾਗਰੂਕਤੀ ਹੈ ਉਹ ਆ ਚੁੱਕੀ ਹੈ। ਸੋ ਹੁਣ ਲੋੜ ਹੈ ਕਿ ਉਹ ਚੀਜ਼ ਨੂੰ ਆਪਾਂ ਮਤਲਬ ਕੈਰੀ ਆਨ ਕਰੀਏ। ਇਹ ਕੈਂਪੇਨ ਜੇ ਉਹ ਕੰਮ ਦਾ ਸ਼ੁਰੂਆਤ ਹੈ, ਏਦਾਂ ਹੀ ਜਿਹੜੇ ਆਪਣੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਲਈ ਆਪਾਂ ਰਸਤੇ ਖੋਲੀਏ, ਕਿਉਂਕਿ ਮੇਰਾ ਇਹ ਵਿਸ਼ਵਾਸ ਹੈ, ਮੇਰਾ ਇਹ ਮੇਰੀ ਇਹ ਉਮੀਦ ਹੈ ਕਿ ਜੇ ਅੱਜ ਆਪਾਂ ਸੈਨੇਟ ਜਿਤਨਾ ਹਾਰਨਾ ਉਹ ਪ੍ਰਮਾਤਮਾ ਦੇ ਹੱਥ ਹੈ, ਪਰ ਇਹ ਕੈਂਪੇਨ ਇੰਨੀ ਨੇ ਮਤਲਬ ਐਂਪਲੀਫਾਈ ਹੋ ਚੁੱਕੀ ਹੈ ਕਿ ਮੈਂ ਇਹ ਗੱਲ ਦਾ ਵਿਸ਼ਵਾਸ ਕਰਦਾ ਕਿ ਜਿਹੜੀ ਆਪਣੀ ਨੈਕਸਟ ਜਨਰੇਸ਼ਨ ਹੈ ਉਹ ਦਿਨ ਦੂਰ ਨਹੀਂ ਕਿ ਇੱਕ ਹੋਰ ਦਲੀਪ ਸਿੰਘ ਸਾਂਧ ਕਾਂਗਰਸ ਦੇ ਵਿੱਚ ਜਾਣਗੇ, ਉਹ ਦਿਨ ਦੂਰ ਨਹੀਂ ਕਿ ਆਪਣਾ ਹੀ ਕੋਈ ਬੱਚਾ ਵਾਈਟ ਹਾਊਸ ਦੀ ਰੇਸ ਦੇ ਵਿੱਚ ਲੜੂਗਾ। ਜੀ ਮਾਨੀ ਗ੍ਰੇਵਾਲ ਜੀ, ਸਾਡੇ ਨਾਲ ਅੱਜ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਇਹ ਇਹ ਸਾਰਾ ਜੋ ਤੁਸੀਂ ਕਰ ਰਹੇ ਹੋ, ਇਹ ਐਜ਼ ਯੂ ਸੈਡ ਕਿ ਇਹ ਪਾਥ ਖੋਲਦਾ ਪਿਆ ਸਾਡੇ ਆਪਣੇ ਫਿਊਚਰ ਜਨਰੇਸ਼ਨਸ ਵਾਸਤੇ, ਸਾਡੇ ਬੱਚਿਆਂ ਵਾਸਤੇ, ਪ੍ਰੈਜ਼ੈਂਟ ਵਾਸਤੇ, ਫੋਰਵਰਡ ਅੱਗੇ ਵਾਲੀ ਫਿਊਚਰ ਜਨਰੇਸ਼ਨਸ ਵਾਸਤੇ। ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਇੱਕ ਮੋਮੈਂਟਮ ਤੁਸੀਂ ਕ੍ਰੀਏਟ ਕੀਤਾ ਹੈ, ਇਹ ਜਿਹੜੀ ਮੂਵਮੈਂਟ ਤੁਸੀਂ ਕ੍ਰੀਏਟ ਕੀਤੀ ਹੈ, ਇਸ 'ਤੇ ਫਲ ਲੱਗੇਗਾ। ਵੀ ਵਿਸ਼ ਯੂ ਆਲ ਦਾ ਵੈਰੀ ਬੈਸਟ। ਅਸੀਂ ਵਿਊਅਰਸ ਨੂੰ ਦੱਸ ਦਈਏ ਕਿ March 3 ਨੂੰ ਇਹ ਪ੍ਰਾਇਮਰੀ ਹੈ। ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ, ਅਸੀਂ ਤੁਹਾਨੂੰ ਇਨਕਰੇਜ ਕਰਦੇ ਹਾਂ ਕਿ ਤੁਸੀਂ ਬਾਹਰ ਆਓ ਔਰ ਵੋਟ ਪਾਓ। ਮਾਨੀ ਗ੍ਰੇਵਾਲ ਜੀ, ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ ਹਰਜੋਤ ਜੀ, ਸਾਰੇ ਤੁਹਾਡੇ ਦਰਸ਼ਕਾਂ ਦਾ ਤੁਸੀਂ ਇਹ ਮੌਕਾ ਦਿੱਤਾ ਕਿ ਤੁਹਾਡੇ ਦਰਸ਼ਕਾਂ ਨਾਲ ਰੂਬਰੂ ਹੋ ਸਕੇ, ਤੁਸੀਂ ਟਾਈਮ ਕੱਢਿਆ, ਥੈਂਕ ਯੂ ਸੋ ਮਚ। ਯੂ ਵੈਲਕਮ। ਏ ਸੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਏ ਸੀ ਸਾਡਾ ਅੱਜ ਦਾ ਸ਼ੋਅ, ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ।